ਕਿਵੇਂ ਗਿਆਨੀ? ਬੜੇ ਡਾਇਲੌਗ ਮਾਰਦਾ ਸੀ, ਕੀ ਕਹਿੰਦਾ ਸੀ? ਓਏ ਗੋਗਿਆ, ਹੁਣ ਤੇਰਾ ਟੱਕਰਾ ਗੁਰੂ ਦੇ ਸਿੰਘ ਨਾਲ ਹੈ। ਹੁਣ ਬੋਲ, ਆਉਂਦੇ ਆ ਸਾ। ਬਾਬਾ ਦੀਪ ਸਿੰਘ ਨੂੰ ਹਮੇਸ਼ਾ ਯਾਦ ਰੱਖੀ, ਜਿੰਨੇ ਸਿਰ ਲੱਥ ਜਾਣ ਦੇ ਬਾਵਜੂਦ ਵੀ ਆਪਣਾ ਵਚਨ ਪੂਰਾ ਕੀਤਾ ਸੀ। ਚੰਗਾ ਕੀਤਾ ਹੀ ਤੂੰ ਯਾਦ ਦਵਾ ਦਿੱਤਾ। ਓਏ ਗੁਰੂ ਦੇ ਸਿੰਘ ਦੀ ਤਾਂ ਜਾਨ ਵੀ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਨਿਕਲ ਸਕਦੀ। ਤੂੰ ਤਾਂ ਚੀਜ਼ ਹੀ ਕੀ ਆ ਗੋਗਿਆ। ਵਕਤ ਬਦਲ ਜਾਂਦਾ ਹੈ, ਜ਼ਿੰਦਗੀ ਦੇ ਢੰਗ ਤਰੀਕੇ ਬਦਲ ਜਾਂਦੇ ਹਨ, ਪਰ ਫਲਸਫੇ ਨਹੀਂ ਬਦਲਦੇ। ਅੱਜ ਵੀ ਗੁਰੂ ਦਸ਼ਮੇਸ਼ ਪਿਤਾ ਦੇ ਸਿੰਘ ਸਿੱਖੀ ਦੇ ਫਲਸਫੇ ਦੇ ਚੱਲਦੇ ਜ਼ਾਲਮਾਂ ਨਾਲ ਦਸਤ ਪੰਜਾ ਲਾਉਂਦੇ, ਮਜ਼ਲੂਮਾਂ ਦੀ ਮਦਦ ਕਰਦੇ ਹਨ। ਜਦ ਤੱਕ ਦੁਨੀਆਂ 'ਚ ਜ਼ੁਲਮ ਰਹੇਗਾ, ਹੱਕ ਸੱਚ ਦੀ ਲੜਾਈ ਲੜਨ ਇਹ ਯੋਧੇ
ਇੰਜੀ ਆਉਂਦੇ ਰਹਿਣਗੇ। ਜੋ ਬੋਲੇ ਸੋ ਨਿਹਾਲ। ਇਹ ਹੈ ਪੰਜਾਬ ਦਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇੱਕ ਇਲਾਕਾ ਗੁਮਟਾਲੀ, ਜਿੱਥੇ ਅੱਜ ਕੱਲ੍ਹ ਨਸ਼ੇ ਦੇ ਸੌਦਾਗਰਾਂ ਦਾ ਗੁੰਡਾ ਰਾਜ ਹੈ। ਨਸ਼ੇ ਦੇ ਵਪਾਰੀ ਜਾਂ ਤਾਂ ਆਪ ਰਾਜਨੀਤੀ ਵਿੱਚ ਹਨ ਜਾਂ ਇਹਨਾਂ ਦੇ ਸਿਰ 'ਤੇ ਰਾਜਨੀਤੀ ਦੇ ਵੱਡੇ ਵੱਡੇ ਤਰ੍ਹਾਂ ਤਰ੍ਹਾਂ ਦੀ ਛਤਰ ਛਾਇਆ ਹੈ। ਇਸੇ ਕਰਕੇ ਹੀ ਇਹ ਲੋਕ ਇਸ ਇਲਾਕੇ ਵਿੱਚ ਬੜੀ ਸ਼ਾਨ ਨਾਲ ਵਿਚਰਦੇ ਹਨ। ਪ੍ਰਧਾਨ ਜੀ ਬੈਠੋ 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 ਬੈਠੋ। ਕੀ ਨਾਮ ਹੈ ਤੇਰਾ ਜੀ? ਬਿੱਟੂ ਬਰਾੜ। ਬਰਾੜ ਸਾਹਿਬ, ਸ਼ਾਇਦ ਤੁਸੀਂ ਨਵੇਂ ਹੋ, ਇਸ ਕਰਕੇ ਤੁਹਾਨੂੰ ਪਤਾ ਨਹੀਂ ਕਿ ਸਾਡੇ ਇਸ ਕਾਰੋਬਾਰ ਦੇ ਵਿੱਚ ਜ਼ਬਾਨ ਚੱਲਦੀ ਹੈ। ਜ਼ਬਾਨ ਅਭਈ ਖਾਤੇ ਨਹੀਂ ਚੱਲਦੇ। ਪਰ ਨਹੀਂ ਸੁੱਚਾ ਸਿੰਘ ਜੀ, ਮੈਨੂੰ ਮੇਰੀ ਰਕਮ ਦੀ ਰਸੀਦ ਚਾਹੀਦੀ ਹੈ। ਸ਼ੀਸ਼ੇ ਜਾ ਕੇ ਘਰ ਚੰਗੀ ਤਰ੍ਹਾਂ ਦੇਖ ਲਈ, ਸੁੱਚਾ ਸਿੰਘ ਦੇ ਦਸਤਖਤ ਪੂਰੇ ਐਨ ਚੰਗੀ ਤਰ੍ਹਾਂ ਤੈਨੂੰ ਦਿਸ ਜਾਣਗੇ। ਲੈ ਜਾ ਇਹਨੂੰ, ਸਾਲਾ ਸੁੱਚਾ ਸਿੰਘ ਦੇ ਦਸਤਖਤ ਮੰਗਦਾ। ਉਹ ਛੱਡੋ ਸੁੱਚਾ ਸਿੰਘ ਜੀ, ਇਹ ਤਾਂ ਸਾਲਾ ਨਵਾਂ ਬੰਦਾ, ਤੁਸੀਂ ਕਿਉਂ ਆਪਦਾ ਮੂਡ ਖਰਾਬ ਕਰਦੇ ਹੋ? ਹਾਂਜੀ ਭਲਵਾਨ ਜੀ, ਫਿਰ ਕਦੋਂ ਹੋਈ ਮੀਟਿੰਗ ਜੀਜਾ ਜੀ ਨਾਲ? ਅਜੇ ਮੈਂ ਤੇ ਕਾਕਾ ਜੀ ਕੱਲੇ ਇਕੱਠੇ ਸੀਗੇ। ਤੁਹਾਨੂੰ ਤਾਂ ਪਤਾ ਹੀ ਹੈ ਸਰਦਾਰ ਸਾਹਿਬ, ਸਾਡੀ ਇੱਥੋਂ ਮਾਰੀ ਇੱਕ ਸਿਟੀ ਲੰਡਨ ਅਮਰੀਕਾ ਤੱਕ ਸੁਣਾਈ ਦਿੰਦੀ ਹੈ। ਹਾਂ ਬਈ, ਬਾਹਰ ਦਾ ਬੰਦਾ, ਮੈਂ ਦੇਖਦਾ। ਉਹ ਜਾਓ, ਦੇਖੋ ਕੋਈ ਬਾਹਰ ਦਾ ਬੰਦਾ ਵੜਿਆ ਫਿਰਦਾ ਫੈਕਟਰੀ 'ਚ। ਮੈਂ ਵੀ ਦੇਖਾਂ ਸਰ। ਆਹੋ ਜਾਓ, ਭੱਜ ਕੇ ਜਾਓ। ਕਮਾਲ ਦੀ ਸ਼ਾਇਰ ਸੈਲੈਂਸਰ ਵੀ, ਪਿਸਤੌਲ ਦੇ ਨਾਲ ਨਾਲ ਬੰਦੇ ਦੀ ਆਵਾਜ਼ ਨੂੰ ਵੀ ਖਾਮੋਸ਼ ਕਰ ਦਿੰਦੀ ਹੈ। ਕਿਉਂ MLA ਸਾਹਿਬ? ਵਾਹ ਡੋਗਰਾ ਸਾਹਿਬ ਵਾਹ, ਸ਼ਾਬਾਸ਼, ਬਹੁਤ ਖੂਬ। ਮੈਂ ਅੱਜ ਤਾਂ ਤੂੰ ਕਮਾਲ ਹੀ ਕਰ, ਤੇਰੇ ਹਥਿਆਰ ਨੇ ਅੱਜ ਤਾਂ ਆਪਣੀ ਉਮਰ ਹੀ ਵਧਾ ਦਿੱਤੀ। ਹਾਂ ਮਹਾਰਾਜ, ਆਹ ਤਾਂ ਸਾਡਾ ਫਰਜ਼ ਹੈ, ਫਿਰ ਆਪਾਂ ਤਾਂ ਭਾਈਵਾਲ ਹਾਂ। ਅਸੀਂ ਜਾਗਦੇ ਹਾਂ, ਤੁਸੀਂ ਜਾਓ, ਜਾ ਕੇ ਆਰਾਮ ਨਾਲ ਸੌਂ ਜਾਓ। ਠੀਕ ਹੈ। ਇੱਥੇ ਹਨੇਰੇ ਦਾ ਰਾਜ ਹੈ, ਜ਼ੁਲਮ ਦੀ ਹਕੂਮਤ ਹੈ। ਸੱਚ ਦੇ ਚਿਰਾਗਾਂ ਨੂੰ ਇਹ ਕੂੜ ਦੇ ਕਰਿੰਦੇ ਅਕਸਰ ਇੰਝ ਬੁਝਾ ਦਿਆ ਕਰਦੇ ਨੇ। ਪਰ ਕਹਿੰਦੇ ਨੇ ਜਦ ਜ਼ੁਲਮ ਦੀ ਅੱਤ ਹੁੰਦੀ ਹੈ ਤਾਂ ਧਰਤੀ ਵੀ ਆਪਣਾ ਪਾਸਾ ਪਲਟਦੀ ਹੈ। ਤੇ ਫਿਰ ਇਸ ਜ਼ੁਲਮ ਦੇ ਖਾਤਮੇ ਲਈ ਕੋਈ ਨਾ ਕੋਈ ਯੋਧਾ ਇਸ ਧਰਤੀ ਤੇ ਜਨਮ ਲੈਂਦਾ ਹੈ। ਚੁੱਪ। ਹਾਂਜੀ ਮਹਾਰਾਜ, ਤਾਂ ਵੱਜ ਗਏ, ਡਾਕਟਰ ਗੁਪਤਾ ਆਇਆ ਨੀ ਪੈਸੇ ਲੈ ਕੇ?
पै काहू को देत ने ने पै मानत आन। गुरु साहब कहिंदे ने ना किसे नु डराओ ते ना किसे तो डरो। ओ कौन आ तू? ओए अकल दे आन्या, तैनू इना भी नहीं पता 12 बजे ता सिंगा दा टाइम हुंदा ओए। मार इतिहास ते नजर, जब तेरे वर्गे जालम मुगल लोकां दियां तियां पैणा चक के लै जांदे ਤਾਂ ਸਿੰਘ ਉਹਨਾਂ ਨੂੰ ਬਚਾਉਣ ਲਈ ਰਾਤ ਦੇ ਠੀਕ 12 ਵਜੇ ਹਮਲਾ ਕਰਦੇ। ਇੱਥੇ ਹੀ ਖੜ ਜਾ, ਗੋਲੀ ਮਾਰੂ ਪੜਪੜੀ ਚ। गलती है, माफ कर रहा, अगली बार गोली मत्थे च मारू, समझिया? सिंगा, हो गया मोर्चा फतेह? जी बाबा जी, बच्ची सही सलामत अपने घर पहुंच गई है। चलो, वाहेगुरु का लख लख शुक्र है। रणजोत पुत्र, समा आ गया, गुमटाली जान की तैयारी कर लो। जो हुक्म बाबा जी, मैं कल ही निकलदा। वाहेगुरु सदा तेरे अंग संग है। सरपंच जी कहिंदे ने कि मेरा घर शाम दाट विच आ ते ओह ढाउण नूं फिरन डिया ने। मेरे को सारियां रजिस्ट्रियां भी हैगियां वा, मन नूं विखाईयां भी आ, पर फेव नहीं मन रहा। ठीक है, चलो बैठो तुसीं। धन्नवाद जी। चल मुंशी नूं रिपोर्ट लिखा। ठीक है जी। अगला कौन? सत श्री अकाल जनाब। जनाब बोर्ड सिंह नां जी मेरा, बड़ा पेपर का छड़दे सारे। की प्रॉब्लम है तेरी? है जी। ओह समस्या की है तेरी? जनाब खिलाफ तो लिखाती, मसला है थोड़ी आ। और की है? ओ मसला था कुत्ते दा जनाब, जेड़ा चोरा ना रल गया ओदा की करिए, दसो कृपा करके।
ਉਹ ਸਾਲੇ ਨਲਾਇਕ ਕਤੀੜ ਦੇ ਗੋਲੀ ਮਾਰੋ ਸਿਆਪਾ ਖਤਮ ਆ ਤਾਂ ਤੂੰ ਹੀ ਮੇਰੇ ਦਿਲ ਦੀ ਤੂੰ ਤਾਂ ਜਾਵੇ ਮੇਰੇ ਦਿਲ ਦੀ ਗੱਲ ਕਰਤੀ ਜਨਾਬ ਮੈਂ ਵੀ ਐਂ ਸੋਚਦਾ ਸੀ ਸਾਲੇ ਕਤੀੜ ਦੇ ਗੋਲੀ ਮਾਰ ਦੇ ਚੱਲ ਚੱਲ ਅਗਲਾ ਕੌਣ ਉਹ ਤੂੰ ਕੀ ਕਰਦਾ ਖੜਾ ਚੱਲ ਨਾ ਜੀ ਮੈਂ ਤਾਂ ਪਤੇ ਬੁਲਾ ਕੇ ਜਾਊ ਜਨਾਬ ਨੂੰ ਠੀਕ ਹੈ ਵੈਸੇ ਬਲਵਿੰਦਰ ਸਿੰਘ ਦੇ ਕੇਸ ਵਿੱਚ ਕੰਮ ਤਾਂ ਤੂੰ ਵੀ ਕੁੱਤੇ ਵਾਲੇ ਹੀ ਕੀਤਾ ਸੀ ਕੌਣ ਬਲਵਿੰਦਰ ਸਿੰਘ ਕੌਣ ਆ ਤੂੰ ਤੇਰੀ ਮੌਤ ਕਸਬਾ ਗੁਮਟਾਲੀ ਦੇ ਪੰਚਾਇਤ ਭਵਨ ਵਿੱਚ ਡੀਐਸਪੀ ਦੀਪਕ ਡੋਗਰਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਦੀਪਕ ਡੋਗਰਾ ਦਾ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਪੰਚਾਇਤ ਭਵਨ ਵਿੱਚੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਕਰ ਰਹੇ ਸਨ। ਹਾਲਾਂਕਿ ਪੁਲਿਸ ਕਾਤਲ ਦੀ ਭਾਲ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ, ਪਰ ਹਾਲੇ ਤੱਕ ਉਸ ਨੂੰ ਕਾਤਲ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਡੀਐਸਪੀ ਦੀਪਕ ਡੋਗਰਾ ਦਾ ਕਾਤਿਲ ਆਖਿਰ ਕੌਣ ਹੈ ਅਤੇ ਉਸਨੇ ਇਹ ਕਤਲ ਕਿਉਂ ਕੀਤਾ? ਫਿਲਹਾਲ ਇਹਨਾਂ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ। तेरे सामने तो खड़े है छोटे सरदार जी। सरदार जी ऐसे होंगे है तो समान भर मैं पार बना पाएगी। चलती बन चलती The architecture reminds me of Taj, eh? That's right. My great-grandpa actually built it, you see. Yeah? This way, come. No one from the family lives in this house anymore. Oh, really? Yeah, just those two servants are here. Those two crazy people, eh? Yeah.
प्यारो ओ गोरा किथे आ ओ ता सरदार जी ट्रैक्टर लेके खेतां नु चला गया ट्रैक्टर ले गया ना कदू करना सी ओने चाबी किने दित्ती ओनु ओ ता सरदार जी बाला ही कब्बा अपने आप लेके चला गया हद है तेरे वाली तुसी रुको सरदार जी मैं हुणे चाह बनानी आ हेलो किथे कमाल दा बंदा यार व्हाट हैपेंड डूड हु इज शी Nothing, yaar. Oh, nothing, nothing. Come, aja. Let me show you something about nothing. Aja. Okay, are you ready? Yeah. Chal dikha fir. Acha. Lovely tere pasandi no. Dude, are you serious? You won't understand, Tom. This is love at first sight. Love? Are you mad or something? Tom. Woo. I'm very happy. Aaj main bahut khush hoon mere. Oh, shit yaar, itne machhar inne zyada hai yaar. Bura hal karata hai tu. Oh yaar, tenu machharan di payi hai. तू आज बहुत बड़ा काम किया बिग थिंग इट्स नथिंग ब्रो इट्स नथिंग नो यार जस्ट गिव मी अ हग जब भी पा आई लव यू लव यू ब्रदर लव यू माय बेस्ट बडी नथिंग चल रोनी चली उन्हें नहीं आना होना यार थोड़ा जा होर सवर कर ला यार मेरी फीलिंग है कि तेरा किते आउंदी होनी है वो जरूर नाले उन्हें कल्ला मैं ही थोड़ी उड़ीकदा होर ते है कौन यार पूरी कायनात थोड़ी वेट कर रही है मेरे वीर ए रुक ए हवा ए पंछी सारे उदी ता वेट कर रहे ने ज्यादा पोएट्री नहीं करन लगे तू सालिया इश्क च बंदा पोएट हो ही जांदा है टॉम You won't understand. देख ले कितने हो ना कुछ करा के ले जी। ओ आ गया आ गया आ गया। चल 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 चल। Oh yes. मार ब्रेक। Yeah, be safe. Thank God. बाबा इधर लक लक शुक्र है तुसी मेरे पे। आज तो मेरी जान ही निकल जानी सी। मैं मिल गई। ओए, तू है कौन? कौन है तू जो इस तरह गाल कर रहे हैं? मैं रोनी। रोनी बराड, यूके तो? ਤੁਸੀਂ ਸਮਝ ਲਓ ਪੰਜਾਬ ਚ ਸਿਰਫ ਤੁਹਾਡੇ ਲਈ ਆਇਆ ਆਈ ਮੀਨ ਵੀ ਆਰ ਮੇਡ ਫॉर ਈਚ ਅਦਰ ਬਸ ਬਸ ਜ਼ਿਆਦਾ ਅੰਗਰੇਜ਼ੀ ਮਾਰਨ ਦੀ ਲੋੜ ਨਹੀਂ ਹੈ ਵੀ ਤੁਰੇ ਫਿਰਦੇ ਤੇਰੇ ਵਰਗੇ ਗੇੜੀ ਮਾਰ ਹੁਣ ਤੂੰ ਆ ਗਿਆ ਉਹ ਵੀ ਸਪੈਸ਼ਲ ਇੰਗਲੈਂਡ ਤੋਂ ਸ਼ਕਲ ਵੇਖੀ ਆਪਣੀ ਜੋਕਰ ਲੱਗਦਾ ਹੈ ਜੋਕਰ ਮੈਡਮ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣੋ
ਤੁਸੀਂ ਮੈਨੂੰ ਆਪਣਾ ਐਡਰੈਸ ਦਿਓ ਮੈਂ ਤੁਹਾਡੇ ਘਰ ਆ ਕੇ ਗੱਲ ਕਰਦਾ ਤੁਹਾਡੇ ਡੈਡ ਨਾਲ ਓਹੋ ਅੱਛਾ ਜੀ ਤੂੰ ਮੇਰੇ ਡੈਡ ਨਾਲ ਗੱਲ ਕਰੇਂਗਾ ਇੰਨੀ ਹਿੰਮਤ ਹੈ ਤੇਰੇ ਵਿੱਚ ਆਫ ਕੋਰਸ ਤੁਸੀਂ ਅੱਜ ਮਾਕੇ ਤਾਂ ਦੇਖੋ ਤੈਨੂੰ ਪਤਾ ਮੇਰੇ ਡੈਡ ਕੌਣ ਨੇ ਆਈ ਰੀਅਲੀ ਡੋਨਟ ਨੋ ਮੇਰੇ ਡੈਡ ਪੰਜਾਬ ਪੁਲਿਸ ਦੇ ਥਾਣੇਦਾਰ ਬਲਵਿੰਦਰ ਸਿੰਘ ਸਿੱਧੂ ਲੱਤਾਂ ਤੋੜ ਦੇਣਗੇ ਤੇਰੀਆਂ ਪਰਾਂ ਹਟ ਵੱਡਾ ਆਸ਼ਿਕ ਕਿਹਨਾਂ ਦੱਸਿਆ ਸੀ ਇਹਨੇ ਆਪਣੇ ਡੈਡ ਦਾ ਥਾਣੇਦਾਰ ਬਲਵਿੰਦਰ ਸਿੰਘ ਸਿੱਧੂ ਬਾਪਾ ਯਾਰ ਵਾਰੀ ਮੇਰੀ ਹੈ ਓਏ ਯਾਰ ਕੱਲੀ ਰਾਣੀ ਦਾ ਰਹਿ ਗਈ ਪੁੱਤ ਪਾਲਣ ਦੇ ਲੋ ਤੁਸੀਂ ਪਾਓ ਰਾਣੀ ਮੈਂ ਚੱਲਿਆ ਤੇ ਆ ਮੇਰਾ ਪੂਰਾ ਸਮਰਥਨ ਮੇਰੀ ਭੈਣ ਨੂੰ ਜਿੰਨਾ ਮਰਜ਼ੀ ਸਮਰਥਨ ਦੇ ਲਾ ਇਹਨੂੰ ਤਾਂ ਮੈਂ ਹਰਾ ਕੇ ਛੱਡੂ ਐਦਾਂ ਕਿੱਦਾਂ ਪਾਪਾ ਜਦ ਤੱਕ ਮੈਂ ਨਾ ਮੇਰੀ ਭੈਣ ਨਹੀਂ ਆ ਸਕਦੀ ਓਏ ਮੈਂ ਨਹੀਂ ਹਾਰਦੀ ਉਹ ਵੇਖ ਲੈ ਹਰਾ ਤੇ ਤੈਨੂੰ ਉਹ ਚੱਕ ਲਈਆਂ ਤੇਰੀਆਂ ਗੀਟੀਆਂ ਤੇਰੇ ਪਿਓ ਨੇ ਉਹ ਤੂੰ ਤੁਰਦਾ ਬਣ ਪਾਪਾ ਚੀਟਿੰਗ ਉਹ ਨਹੀਂ ਪੁੱਤਰ ਮੈਂ ਤਾਂ ਆਪਣੀਆਂ ਗਿਣ ਰਿਹਾ ਤੁਸੀਂ ਪੁਲਿਸ ਵਾਲੇ ਨਾ ਹਟਦੇ ਨਹੀਂ ਚੀਟਿੰਗ ਕਰਨ ਤੋਂ ਦੇਖ ਪੁੱਤਰ ਤੂੰ ਗੱਲ ਤੇ ਨਾ ਮੇਰੇ ਡਿਪਾਰਟਮੈਂਟ ਦੀ ਇਨਸਲਟ ਨਾ ਕਰਿਆ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ ਤੂੰ ਖੋਤੇ ਘੋੜੇ ਕੇ ਖੁਰਲੀ ਤੇ ਬੰਨ ਦਿੰਦੀ ਇਹ ਠੀਕ ਨਹੀਂ ਜਾ ਦੇਖ ਬਾਹਰ ਕੌਣ ਹੈ ਪ੍ਰੋਮਿਸ ਤੁਸੀਂ ਮੇਰੀਆਂ ਗੀਟੀਆਂ ਨਹੀਂ ਛੇੜੋਗੇ ਓ ਨਹੀਂ ਛੇੜਦਾ ਰਾਣੀ ਚੰਸੀ ਜਾ ਦੇਖ ਪੁੱਤਰ ਜਾ ਦੇਖ ਸ਼ਾਬਾਸ਼ ਕਿੱਥੇ ਨੇ ਥਾਣੇਦਾਰ ਸਾਹਿਬ ਬੱਚੂ ਭੱਜ ਜਾ ਇੱਥੋਂ ਵਰਨਾ ਬਹੁਤ ਸੇਵਾ ਹੋਏਗੀ ਅੱਛਾ ਜੀ ਸੇਵਾ ਹੀ ਤਾਂ ਕਰਾਉਣਾ ਆ ਚੱਲ ਨਿਕਲ ਜਾ ਹਾਂਜੀ ਪਾਪਾ ਕੌਣ ਹੈ ਕੋਈ ਨਹੀਂ ਪਾਪਾ ਕੋਈ ਆਇਆ ਤੁਹਾਨੂੰ ਮਿਲਣ ਵਾਸਤੇ ਲਾਇਆ ਬੇਟਾ ਦੀਦੀ ਇਹ ਮੁੰਡਾ ਕੌਣ ਹੈ ਚੱਲ ਮੈਂ ਦੱਸਦੀ ਹਾਂ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਹਾਂਜੀ ਦੱਸੋ ਅੰਕਲ ਮੈਂ ਰੌਨੀ ਬਰਾੜ ਅੰਕਲ ਯੂਕੇ ਤੋਂ ਰੌਨੀ ਬਰਾੜ ਯੂਕੇ ਤੋਂ ਓ ਮਾਈ ਗੋਡ ਇਹਦੇ ਤਾਂ ਅੱਜ ਬਹੁਤ ਛਿੱਤਰ ਪੈਣੇ ਨੇ ਮੇਰੇ ਕੋਲੋਂ ਇਸ ਦਾ ਵੇਖਿਆ ਨਹੀਂ ਜਾਣਾ ਗੋਗੀ ਜ਼ਰਾ ਵੇਖ ਉਧਰ ਪਾਪਾ ਉਸ ਮੁੰਡੇ ਨੂੰ ਮਾਰਤਾ ਨਹੀਂ ਰੇ ਨਹੀਂ ਦੀਦੀ ਬੜੇ ਪਾਪਾ ਤਾਂ ਉਸਨੂੰ ਹੱਕ ਕਰ ਰਹੇ ਨੇ ਹੱਕ ਨਹੀਂ ਕਰਦੇ ਹੁਣੇ ਉਸ ਦਾ ਗਲਾ ਘੁੱਟਦੇ ਹੋਣੇ ਆ ਦੇਖ ਹਾਂਜੀ ਅੰਕਲ ਨਹੀਂ ਦੀਦੀ ਬੜੇ ਪਾਪਾ ਨੇ ਤਾਂ ਉਸਨੂੰ ਕੁਰਸੀ ਤੇ ਬਿਠਾ ਲਿਆ ਉਹ ਤਾਂ ਹੱਸ ਗੱਲਾਂ ਕਰ ਰਹੇ ਨੇ ਹੱਸ ਗੱਲਾਂ ਕਰ ਰਹੇ ਨੇ ਇਹ ਪਾਪਾ ਨੂੰ ਕੀ ਹੋਇਆ ਉਹ ਪੁੱਤਰਾ ਆਪਣੇ ਯਾਰ ਸੁਰਜਣ ਸਿੰਘ ਤੇ ਭਰਜਾਈ ਦੀ ਬੇਵਕਤ ਮੌਤ ਤੋਂ ਬਾਅਦ ਮੈਂ ਤੇ ਸੋਚਿਆ ਸੀ ਕਿ ਉਸ ਘਰ ਨਾਲ ਸ਼ਾਇਦ ਮੇਰਾ ਨਾਤਾ ਹਮੇਸ਼ਾ ਲਈ ਮੁੱਕ ਗਿਆ ਪਰ ਨਹੀਂ ਆਈ ਐਮ ਪ੍ਰਾਊਡ ਆਫ ਯੂ ਸਦਕੇ ਜਾਵਾਂ ਤੇਰੇ ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਮੋਹ ਦੇ ਰਿਸ਼ਤੇ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਪੱਕੇ ਹੁੰਦੇ ਹੋਰ ਦੱਸ ਅੱਜ ਮੇਰੀ ਯਾਦ ਕਿਵੇਂ ਆ ਗਈ ਬਸ ਅੰਕਲ ਮੋਮ ਡੈਡ ਦੀ ਇੱਛਾ ਸੀ ਕਿ ਵਿਆਹ ਮੈਂ ਕਿਸੇ ਪੰਜਾਬ ਦੀ ਕੁੜੀ ਨਹੀਂ ਕਰਾਵਾਂ ਉਹਨਾਂ ਦੀ ਇੱਛਾ ਪੂਰੀ ਕਰ ਲਈ ਤੁਹਾਨੂੰ ਮਿਲਣ ਆ ਗਿਆ ਆਈ ਮੀਨ ਪੰਜਾਬ ਆ ਗਿਆ ਉਹ ਬਈ ਬਲਜੀਤ ਕਰੇ ਕੋਈ ਠੰਡਾ ਠੰਡਾ ਲੈ ਕੇ ਆ ਬਈ ਆ ਠੰਡੇ ਮੁਲਕ ਚੋਂ ਬੜੇ ਨਿੱਘੇ ਰਿਸ਼ਤੇ ਵਾਲੇ ਮਹਿਮਾਨ ਆਏ ਨੇ ਹੋਰ ਬੇਟਾ ਕੀ ਸ਼ਗਲ ਰੱਖਿਆ ਫਿਰ ਮੇਰਾ ਮਤਲਬ ਕੀ ਕਾਰੋਬਾਰ ਆਪਣਾ ਯੂਕੇ ਚ ਅੰਕਲ ਉੱਥੇ ਆਪਣਾ ਨਾ ਲੰਡਨ ਦੇ ਵਿੱਚ ਰੈਸਟੋਰੈਂਟਾਂ ਨੇ ਗੁੱਡ ਆਈ ਮੀਨ ਚੇਨ ਆਫ ਰੈਸਟੋਰੈਂਟਸ ਵਾਹ ਬਈ ਵਾਹ ਸਤਿ ਸ਼੍ਰੀ ਅਕਾਲ ਆਂਟੀ ਸਤਿ ਸ਼੍ਰੀ ਅਕਾਲ ਬੇਟਾ ਲਓ ਬੇਟਾ ਕੌਣ ਹੈ ਮੁੰਡਾ ਇਸ ਦੀ ਤਾਂ ਸੱਚਮੁੱਚ ਸੇਵਾ ਹੋ ਰਹੀ ਹੈ ਅੱਛਾ ਜੀ ਆਂਟੀ ਚਿੰਤਾ ਰਹਿ ਓਕੇ ਅੰਕਲ ਜਿਉ ਬਾਰਾ ਬੰਦਾ ਉਹ ਤਾਂ ਚਲੇ ਗਏ ਚਲੇ ਗਏ ਬਾਈ ਵਾਹ ਸੱਤ ਸਮੁੰਦਰ ਪਾਰ ਰਹਿੰਦੇ ਮੇਡੀ ਸੰਸਕਾਰੀ ਸੋਚ ਬਾਈ ਬਲਜੀਤ ਕੌਰ ਹੈ ਬੜਾ ਆਗਿਆਕਾਰੀ ਮੁੰਡਾ ਬਈ ਬੜੇ ਇੰਪ੍ਰੈਸ ਹੋਏ ਫਿਰਦੇ ਹੋ ਤੁਸੀਂ ਪਾਪਾ ਕੌਣ ਸੀ ਉਹ ਪੁੱਤਰੇ ਰੌਣੀ ਮੇਰੇ ਉਹ ਇੰਗਲੈਂਡ ਵਾਲੇ ਯਾਰ ਠੇਕੇਦਾਰ ਸੁਰਜਣ ਸਿੰਘ ਦਾ ਸਾਹਿਬਜ਼ਾਦਾ ਰੌਣੀ ਹਾਂ ਰੌਣੀ ਭੁੱਲ ਗਈ ਹੈ ਛੋਟੇ ਹੁੰਦਿਆਂ ਇਕੱਠੇ ਤਾਂ ਖੇਡਦੇ ਰਹੇ ਹੋ ਰੌਣੀ ਉਹ ਜੋਕਰ ਹਾਂ ਉਹੀ ਰੌਣੀ ਹੋਰ ਫਿਰ ਨਵੀ ਕਿੱਦਾਂ ਲੱਗ ਰਿਹਾ ਹੈ ha 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 ha
तू तो जोकर लग रहा है, जोकर। जोकर? रुक जांदा यार, दो चार दिन होर। अब फंक्शन करना सी वीरे। फंक्शन हो तू भाभी ना कर ले साले। हां आई मिस यू यार। टेक केयर डियर। टेक केयर। हां चंगा मोनू, सीधा एयरपोर्ट ले जानू। पंगे लैन दी आदत है, ध्यान नाल। ओके, सीधा अंदर लाके आ। सो मच फॉर द लैंड ऑफ कामा सूत्रा ड्यूड, लेफ्ट मी विद नथिंग। शट अप, गेट लॉस्ट नाउ। ओके ओके। भाई तू फिकर क्यों करता है, अजे तो ओदा मंगना ही होया, अखीर जी तो तेरा ही राजी करना उन्हें। बड़ी बकवास ना कर, ऐ दस वो है किथे। भाई टैणी तो कहिंदा सी भाई मजीठिया दी दुकान विच शॉपिंग करन वड़ी सी, अजकल अपने विआह दीआं पूरीआं तैयारियां करदी फिरदी आ। ओ कोई ना, अज मैं लावांगा ओदे शगना दी मेहंदी। तुसीं देखो सही अगे बणदा की है। होती रहा। हाँ भाई, तू पुत जट्टा ने वेखी है केड़ी भाई, नवी की पुरानी? और नवी केड़ी है कोकड़ा, मैं तो जगीरे जट्ट वाली दी गल कर रहे। अस्या भाई, वो तो पैण दे दुख दी 5000 देखी है भाई। बस फिर ओदे विच जिवें सदीक पुजांदा है ना कुड़ी नू। हाँ भाई, असी ओवें पुजानी है। ਬਈ ਪਰ ਉਹਦੇ ਚ ਤਾਂ ਸਦੀਕ ਕੋਲੇ ਘੋੜਾ ਹੁੰਦਾ ਸੀ। ਓਏ ਸਾਲਿਆ, ਆਪਣੇ ਕੋਲ ਵੀ ਤੇ ਹੈ ਘੋੜਾ, ਉਹ ਵੀ ਤੇਰੇ ਕਹਿਣ ਵਾਂਗੂ ਸੀ ਲੱਤਾਂ ਵਾਲਾ। ਬਾਈ ਜੀ, ਉਹ ਸਾਹਮਣੇ ਆ ਰਹੀ ਹੈ। ਓਏ ਗੱਡੀ ਮੋਰੇ ਲਾਵੇ, ਲਾ ਮੋਰੇ। हाँ जी। एक ही बदतमीजी है, बहुत छड़ मेरी। ओके मैं छड़ दवा, प्यार करदा है तन्नू, जट ने ब्याह कराना तेरे नाल। छड़ हरामजादा, मैनू छड़ दे। सीधी तेरे नाल ना मनी, चक के ले जाऊं तन्नू। छड़ हट मेरा। आए अरे ओए, पिछे जानी है फड़ा इनू। हटे हटे। थानेदारा, हिम्मत दी ते मैं तेरे दांत दिना। तू गोगा ताली वाल दे थप्पड़ मारे, ਉਹ ਵੀ ਸ਼ਰਿਆ, ਇਹਦਾ ਇਨਾਮ ਤਾਂ ਮੈਂ ਤੈਨੂੰ ਦਵਾਂਗਾ। ਇਹ ਪਿਸਟਲ ਮੇਰੇ ਹਵਾਲੇ ਕਰ ਤੇ ਥਾਣੇ ਚੱਲ ਮੇਰੇ ਨਾਲ। ਨਾ ਨਾ ਥਾਣੇਦਾਰਾ ਨਾ, ਹਾਲੇ ਤੇ ਮੈਂ ਤੈਨੂੰ ਇਨਾਮ ਦੇਣਾ, ਤੇਰੀ ਹਿੱਕ ਤੇ ਇੱਕ ਮੈਡਲ ਲਾਣਾ। ਹਾਲੇ ਕਬੂਲ ਕਰ। ਖਾਲੀ ਚੱਲ ਜਾਂਦੀ ਆ ਬੜੇ ਟਾਈਮ 'ਚ। ਜਾਓ ਮੁੰਡਿਓ,
ਤੁਸੀਂ ਬਾਹਰ ਜਾਓ। ਚੰਗਾ ਬਾਈ। ਚੰਗਾ। ਕੀ ਹੋ ਗਿਆ ਬਾਈ? ਇੰਨਾ ਚੜਿਆ ਹੈ? ਗੱਲ ਤੇ ਦੱਸ। ਨਾ ਗੱਲ ਤੈਨੂੰ ਮੈਂ ਦੱਸਾਂ ਕੀ ਹੋਈ ਹੈ? ਜਿਵੇਂ ਤੈਨੂੰ ਤਾਂ ਪਤਾ ਹੀ ਨਹੀਂ ਕਿ ਗੱਲ ਕੀ ਹੋਈ। ਦਿਨ ਦਿਹਾੜੇ ਥਾਣੇਦਾਰ ਨੂੰ ਗੋਲੀ ਮਾਰ ਕੇ ਮੈਨੂੰ ਪੁੱਛਦਾ ਬਾਈ ਹੋਇਆ ਕੀ? ਬੱਲੇ ਹੋਏ, ਮੇਰੀ ਸਾਰੀ ਉਮਰ ਦੀ ਮਿਹਨਤ, ਮੇਰਾ ਸਾਰਾ ਰਾਜਨੀਤਿਕ ਕਰੀਅਰ ਇੱਕ ਮਿੰਟ 'ਚ ਖੂਹ ਖਾਤੇ 'ਚ ਪਾਤਾ ਤੂੰ। ਐਮਐਲਏ ਸਾਹਿਬ, ਜੇ ਤੁਸੀਂ ਆਪ ਹੀ ਆਪਣੇ ਭਰਾ ਨੂੰ ਕਾਤਲ ਕਹਿਣ ਲੱਗ ਗਏ ਤਾਂ ਆ ਲੋਕਾਂ ਨੇ ਤਾਂ ਕਹਿਣੇ ਆ। ਨਾਲੇ ਆਹੀ ਟਾਈਮ ਹੈ ਰਾਜਨੀਤੀ ਕਰਨ ਦਾ। ਰਾਗ ਬੜਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਧਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁੰਨੇ ਵੀਰ ਸਵਾਏ, ਕਾਇਆ ਹੰਸ ਖੀਆ ਵੇ ਛੋੜਾ, ਜਾ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ, ਧਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ, ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਇੱਥੇ ਧੰਦਾ ਕੂੜਾ ਚਾਰ ਦਿਹਾ, ਆਗੈ ਤਰ ਪਰ ਜਾਣਾ, ਆਗੈ ਤਰ ਪਰ ਜਾਣਾ, ਜਿਉ ਮਹਿਮਾਨਾ, ਕਾਹੇ ਗਾਰਬ ਕੀ ਜੈ। ਸਤਿ ਸ੍ਰੀ ਅਕਾਲ ਕਾਕਾ ਜੀ, ਮੈਂ MLA ਸੁੱਚਾ ਸਿੰਘ ਹੋਰਾਂ ਵੱਲੋਂ ਆਇਆ। ਉਹਨਾਂ ਨੂੰ ਤੁਹਾਡੇ ਪਿਤਾ ਦੀ ਮੌਤ ਤੇ ਬਹੁਤ ਵੱਡਾ ਦੁੱਖ ਹੈ। ਉਹ ਕਹਿੰਦੇ ਸੀ ਕਿ ਸਰਕਾਰ ਨੂੰ ਕਹਿ ਕੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਾਲੀ। ਬਸ ਬਾਲੀ ਬਕਵਾਸ ਨਾ ਕਰ, ਮੈਂ ਚੰਗੀ ਤਰ੍ਹਾਂ ਜਾਣਦਾ ਹੈ ਤੈਨੂੰ ਤੇ ਤੇਰੇ MLA ਨੂੰ। ਚੁੱਪ ਚਾਪ ਇੱਥੋਂ ਦਫਾ ਹੋ ਜਾ। ਦੇਖੋ ਮਾਤਾ ਜੀ, ਤੁਸੀਂ ਤਾਂ ਸਿਆਣੇ ਹੋ, ਜੋ ਹੋਣਾ ਸੀ ਸੋ ਹੋ ਗਿਆ, ਹੁਣ ਮਰਗਿਆਂ ਦੇ ਨਾਲ ਤਾਂ ਨਹੀਂ ਮਰਿਆ ਜਾਂਦਾ। ਸਮਝਾਓ ਕਾਕਾ ਜੀ ਨੂੰ, MLA ਸਾਹਿਬ ਤੁਹਾਡਾ ਭਲਾ ਹੀ ਸੋਚਦੇ ਆ। ASI ਬਲਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਕੱਲ ਕਰਨੈਲ ਸਿੰਘ ਕਾਲਾ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। DSP ਦੀਪਕ ਡੋਗਰਾ ਦਾ ਕਹਿਣਾ ਹੈ ਕਿ ਕਾਲੇ ਨੇ ਹੀ ਕੱਲ ਸਰੇ ਬਾਜ਼ਾਰ ASI ਬਲਵਿੰਦਰ ਸਿੰਘ ਨੂੰ ਗੋਲੀ ਮਾਰੀ ਸੀ। ਸਰ, ਕਿਉਂ ਗੋਲੀ ਮਾਰੀ ਸੀ ਕਾਲੇ ਨੇ ASI ਬਲਵਿੰਦਰ ਸਿੰਘ ਦੇ? ਸਾਡੀ ਜਾਂਚ ਹਾਲੇ ਜਾ ਰਹੀ ਹੈ, ਅਸੀਂ ਤੁਹਾਨੂੰ ਇਸ ਬਾਰੇ ਜਲਦੀ ਦੱਸਾਂਗੇ। ਸਰ, ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਕੇਸ ਦੇ ਵਿੱਚ MLA ਸੁੱਚਾ ਸਿੰਘ ਦਾ ਭਰਾ ਗਗਨਦੀਪ ਗੋਗਾ ਵੀ ਇਨਵੋਲਵ ਹੈ। ਨੋ, ਸਾਡੇ ਕੋਲ ਇਹੋ ਜਿਹੀ ਕੋਈ ਰਿਪੋਰਟ ਨਹੀਂ ਹੈ ਤੇ ਕਿਸੇ ਵੀ ਵਿਟਨੈਸ ਨੇ ਗੋਗੇ ਦੀ ਉੱਥੇ ਮੌਜੂਦਗੀ ਦੀ ਗਵਾਹੀ ਨਹੀਂ ਦਿੱਤੀ ਹੈ। That's it. Thank you. Sir, one more question. DSP ਦੀਪਕ ਡੋਗਰਾ ਨੇ ਘਟਨਾ ਵਾਲੀ ਜਗ੍ਹਾ ਤੇ ਗਗਨਦੀਪ ਸਿੰਘ ਉਰਫ ਗੋਗਾ ਧਾਲੀਵਾਲ ਦੀ ਮੌਜੂਦਗੀ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਪੁਲਿਸ ਦੇ ਅਨੁਸਾਰ ਕਾਲੇ ਨੇ ਆਪਣਾ ਜੁਰਮ ਕਬੂਲ ਕਰ ਲਿੱਤਾ ਹੈ। ਇਸ ਕੇਸ ਵਿੱਚ ਹੋਰ ਵੀ ਕਈ ਸਵਾਲ ਨੇ ਜਿਨ੍ਹਾਂ ਦਾ ਜਵਾਬ ਸਾਨੂੰ ਆਉਣ ਵਾਲੇ ਸਮੇਂ ਤੇ ਹੀ ਮਿਲ ਸਕੇਗਾ। ਹਾਲਾਂਕਿ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ SI ਬਲਵਿੰਦਰ ਸਿੰਘ ਨੂੰ ਗੋਲੀ ਕਾਲੇ ਨੇ ਹੀ ਮਾਰੀ ਸੀ, ਪਰ ਕੁਝ ਲੋਕਾਂ ਦੇ ਮੁਤਾਬਿਕ SI ਬਲਵਿੰਦਰ ਸਿੰਘ ਨੂੰ ਗੋਲੀ MLA ਸੁੱਚਾ ਸਿੰਘ ਦੇ ਭਰਾ ਗੋਗਾ ਧਾਲੀਵਾਲ ਨੇ ਮਾਰੀ ਸੀ, ਪਰ ਕੋਈ ਵੀ ਇਹ ਗੱਲ ਸ਼ਰੇਆਮ ਕਹਿਣ ਨੂੰ ਤਿਆਰ ਨਹੀਂ ਹੈ। ਨਕਲ ਆ ਉੱਥੇ। ਯੈਸ ਸਰ। ਘੱਟੋ ਘੱਟ 7 ਬੰਦਿਆਂ ਦੀ ਡਿਊਟੀ ਲਾਓ। ਜੀ ਜਨਾਬ। ਅੰਕਲ, ਇਹ ਕੀ ਹੋ ਰਿਹਾ? ਪਾਪਾ ਦਾ ਕਾਤਲ ਉਹ ਗੋਗਾ ਹੈ, ਸਾਰੇ ਬਾਜ਼ਾਰ ਨੇ ਸ਼ਰੇਆਮ ਵੇਖਿਆ ਤੇ ਤੁਸੀਂ ਗ੍ਰਿਫਤਾਰ ਕਰ ਰਹੇ ਹੋ ਕਾਲੇ ਨੂੰ? ਬੇਟਾ ਤੁਸੀਂ ਬੈਠੋ, ਆਪਾਂ ਆਰਾਮ ਨਾਲ ਗੱਲ ਕਰਦੇ। ਪਲੀਜ਼ ਹੈਵ ਅ ਸੀਟ। ਚਾਹ ਪਾਣੀ ਦਾ ਇੰਤਜ਼ਾਮ ਕਰੋ। ਜੀ ਸਰ। ਦੇਖੋ ਬੇਟਾ, ਤੁਹਾਨੂੰ ਗਲਤੀ ਲੱਗੀ ਹੈ, ਜਿਹੜਾ ਦੋਸ਼ੀ ਹੈ ਉਹੀਓ ਗ੍ਰਿਫਤਾਰ ਹੋਇਆ। ਪੂਰੇ ਬਾਜ਼ਾਰ ਨੇ ਇਸ ਦੀ ਸ਼ਨਾਖਤ ਕੀਤੀ ਹੈ, ਇੱਥੋਂ ਤੱਕ ਕਿ ਸਾਡੇ ਮੁਲਾਜ਼ਮ ਸੁਰਜੀਤ ਸਿੰਘ ਨੇ ਵੀ ਇਸੇ ਦੀ ਸ਼ਨਾਖਤ ਕੀਤੀ ਹੈ। ਅੰਕਲ, ਤੁਸੀਂ ਕੀ ਗੱਲ ਕਰ ਰਹੇ ਹੋ? ਮੇਰੀ ਅੱਖਾਂ ਸਾਹਮਣੇ ਉਸਨੇ ਪਾਪਾ ਤੇ ਗੋਲੀ ਚਲਾਈ ਹੈ। ਮੈਂ ਖੁਦ ਇਸ ਗੱਲ ਦੀ ਚਸ਼ਮਦੀਦ ਗਵਾਹ ਹਾਂ। ਤੁਸੀਂ ਮੇਰੀ ਸਟੇਟਮੈਂਟ ਰਿਕਾਰਡ ਕਰੋ ਤੇ ਗ੍ਰਿਫਤਾਰ ਕਰੋ ਇਸ ਹਰਾਮਜ਼ਾਦੇ ਗੋਗੇ ਨੂੰ। ਨਹੀਂ ਨਹੀਂ ਨਹੀਂ, ਤੁਸੀਂ ਆਪਣੀ ਜ਼ਬਾਨ ਗੰਦੀ ਨਹੀਂ ਕਰਨੀ। ਨਹੀਂ ਬੇਟਾ, ਬਿਲਕੁਲ ਨਹੀਂ। ਕਾਨੂੰਨ ਇਮੋਸ਼ਨਲ ਹੋ ਕੇ ਕੰਮ ਨਹੀਂ ਕਰਦਾ, ਕਾਨੂੰਨ ਸਬੂਤਾਂ ਦੇ ਆਧਾਰ ਤੇ ਕੰਮ ਕਰਦਾ, ਔਰ ਜਿਸ ਦਿਨ ਸਾਡੇ ਹੱਥ ਸਬੂਤ ਲੱਗ ਗਏ ਅਸੀਂ ਦੋਸ਼ੀਆਂ ਨੂੰ ਛੱਡਣਾ ਨਹੀਂ।
ASI ਬਲਵਿੰਦਰ ਸਿੰਘ ਪੰਜਾਬ ਪੁਲਿਸ ਦਾ ਬਹਾਦਰ ਜਵਾਨ ਸੀ। ਆਈ ਐਮ ਪ੍ਰਾਊਡ ਆਫ ਹਿਮ। ਮੈਨੂੰ ਨਿੱਜੀ ਤੌਰ 'ਤੇ ਉਸਦੇ ਜਾਣ ਦਾ ਬੜਾ ਅਫਸੋਸ ਹੈ, ਬੜਾ ਦੁੱਖ ਹੈ। ਪਰ ਅਸੀਂ ਬਲਵਿੰਦਰ ਸਿੰਘ ਵਰਗੇ ਸ਼ੇਰ ਦੀ ਕੁਰਬਾਨੀ ਨੂੰ ਅਜਾਈ ਨਹੀਂ ਜਾਣ ਦੇਵਾਂਗੇ, ਬਿਲਕੁਲ ਨਹੀਂ। ਅਸੀਂ ਆਪਣੀ ਕਾਰਵਾਈ ਕਰਾਂਗੇ। ਤੁਸੀਂ ਕਰ ਜਾਓ, ਮਾਮਾ ਇਕੱਲੇ ਹੋਣਗੇ। ਅਸੀਂ ਆਪਣੀ ਕਾਰਵਾਈ ਕਰਾਂਗੇ, ਭਰੋਸਾ ਰੱਖੋ। ਜਾਓ, ਕਰ ਜਾਓ, ਲੈ ਕੇ ਜਾਓ ਜੀ ਉਹਨੂੰ। ਵਰਦੀ 'ਤੇ ਕੀ ਲਿਖਿਆ ਤੁਹਾਡੇ? ਦੀਪਕ ਡੋਗਰਾ, ਗਲਤ ਲਿਖਿਆ। ਸੋਲਡ ਆਊਟ ਲਿਖਾਓ ਇਸ ਜਗ੍ਹਾ 'ਤੇ, ਸੋਲਡ ਆਊਟ। ਜਾਂ ਆਪਣਾ ਪ੍ਰਾਈਜ਼ ਟੈਗ ਟੰਗੋ, ਕਿੰਨੇ 'ਚ ਵਿਕਦੇ ਹੋ ਤੁਸੀਂ? ਜਲਦੀ ਪੀ, ਇਹ ਵਿਕਾਊ ਮਾਲ ਨਾਲ ਕੋਈ ਫਾਇਦਾ ਨਹੀਂ ਗੱਲ ਕਰਨ ਦਾ। ਤੁਹਾਡੇ ਫਾਦਰ ਤਾਂ ਬਹਾਦਰ ਸਿਪਾਹੀ ਸੀ, ਸਾਨੂੰ ਨਾਜ਼ ਹੈ ਉਹਨਾਂ 'ਤੇ। ਤੁਸੀਂ ਕਿਸੇ ਚੀਜ਼ ਦੀ ਕੋਈ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਹਾਂ, ਸਰਕਾਰ ਤੁਹਾਡੇ ਨਾਲ। ਠੀਕ ਹੈ, ਸਤਿ ਸ਼੍ਰੀ ਅਕਾਲ। MLA ਸਾਹਿਬ, ਸੁਣਨ 'ਚ ਆ ਰਿਹਾ ਤੁਹਾਡਾ ਭਰਾ ਕੋਈ ਜ਼ਾਤੀ ਸਵਾਲ ਨਹੀਂ, ਇਹ ਕੋਈ ਪ੍ਰੈਸ ਕਾਨਫਰੰਸ ਜਾਂ ਕੋਈ ਪਬਲਿਕ ਰੈਲੀ ਨਹੀਂ ਹੈ। ਇਸ ਵੇਲੇ ਦੁੱਖ ਦੀ ਘੜੀ ਹੈ ਅਤੇ ਮੈਂ ਇਸ ਪਰਿਵਾਰ ਨਾਲ ਉਹਨਾਂ ਦਾ ਦੁੱਖ ਮਨਾਉਣ ਆਇਆ। ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਕੋਈ ਜ਼ਾਤੀ ਸਵਾਲ ਨਹੀਂ। ਇਹ ਕੀ ਲੈਣ ਆਇਆ ਸੀ ਇੱਥੇ? ਬੇਟਾ, MLA ਸਾਹਿਬ 25 ਲੱਖ ਦਾ ਮੁਆਵਜ਼ਾ ਦੇਣ ਆਏ ਸੀ। ਨਾਲੇ ਆਖਦੇ ਸੀ ਤੇਰੇ ਵੀਰ ਨੂੰ ਤੇਰੇ ਪਿਓ ਵਾਲੀ ਨੌਕਰੀ ਦਿਆਂਗੇ ਥਾਣੇਦਾਰ ਵਾਲੀ। ਮਾਮਾ, ਉਹ ਮੁਆਵਜ਼ਾ ਦੇਣ ਲਈ ਨਹੀਂ, ਉਹ ਆਪਾਂ ਨੂੰ ਖਰੀਦਣ ਆਇਆ ਸੀ। ਉਹ ਚਾਹੁੰਦਾ ਹੈ ਕਿ ਆਪਾਂ ਚੁੱਪ ਰਹੀਏ। ਤੇ ਚੁੱਪ ਤੋਂ ਇਲਾਵਾ ਆਪਾਂ ਹੋਰ ਕਰ ਵੀ ਕੀ ਸਕਦੇ ਹਾਂ? ਆਪਾਂ ਇਹਨਾਂ ਬੰਦਿਆਂ ਨਾਲ ਨਹੀਂ ਲੜ ਸਕਦੇ। ਵੀਰੇ, ਸੱਚਾਈ 'ਚ ਬਹੁਤ ਤਾਕਤ ਹੁੰਦੀ ਹੈ। ਤੂੰ ਮੇਰਾ ਸਾਥ ਦੇ ਤੇ ਲੜ ਲਾਂਗੇ ਆਪਾਂ। ਲੜ ਲਾਂਗੇ? ਨਾ ਤੇਰੇ ਪਿਓ ਨੇ ਕੀ ਖੱਟ ਲਿਆ ਲੜ ਕੇ, ਸਾਰਾ ਘਰ ਪੱਟਤਾ। ਨਾ ਫਿਰ ਤੁਹਾਡਾ ਕੀ ਮਤਲਬ ਹੈ? ਆਪਾਂ ਮੁੱਲ ਵਟ ਲਈਏ ਪਾਪਾ ਦੀ ਮੌਤ ਦਾ? ਨਹੀਂ, ਮੈਂ ਮੁੱਲ ਵਟਾਂਗੀ? ਹੋਰ ਕੀ ਕਰ ਰਹੇ ਹੋ ਤੁਸੀਂ? ਲਾਨਤ ਹੈ ਤੁਹਾਡੀ ਸੋਚ ਤੇ। Don't say this. Appa ladange. Ladange. ਕਤਲ ਦੇ ਮਾਮਲੇ ਦੀ ਜਾਂਚ ਹੁਣ IPS ਅਧਿਕਾਰੀ ਵਿਕਰਮ ਚੌਹਾਨ ਕਰਨਗੇ। ਮਾਣਯੋਗ ਅਦਾਲਤ ਨੇ ਇਹ ਫੈਸਲਾ ASI ਬਲਵਿੰਦਰ ਸਿੰਘ ਦੀ ਬੇਟੀ ਨਵਦੀਪ ਕੌਰ ਵੱਲੋਂ ਪਾਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਲਿਆ ਹੈ। ਨਵਦੀਪ ਕੌਰ ਨੇ ਇਹ ਇਲਜ਼ਾਮ ਲਗਾਇਆ ਸੀ ਕਿ ਉਸ ਦੇ ਪਿਤਾ ਦਾ ਕਤਲ MLA ਸੁੱਚਾ ਸਿੰਘ ਦੇ ਭਰਾ ਗੋਗਾ ਧਾਲੀਵਾਲ ਨੇ ਕੀਤਾ ਹੈ ਅਤੇ ਉਸ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਅਪੀਲ ਕੀਤੀ ਸੀ। ਅੱਛਾ ਤੋ ਮੈਡਮ, ਉਸ ਘਟਨਾ ਕੇ ਬਾਰੇ ਮੈਂ ਜ਼ਰਾ ਤਫਸੀਲ ਸੇ ਬਤਾਏ। ਉਸ ਦਿਨ ਮੈਂ ਸ਼ੋਪਿੰਗ ਕਰਨ ਬਾਜ਼ਾਰ 'ਚ ਗਈ ਸੀ ਅਤੇ ਉੱਥੇ ਗੋਗਾ ਧਾਲੀਵਾਲ ਆਪਣੇ ਬੰਦਿਆਂ ਨਾਲ ਆ ਗਿਆ ਅਤੇ ਉਸਨੇ ਸ਼ਰੇਆਮ ਮੇਰੇ ਨਾਲ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ। ਤੁਹਾਡੀਆਂ ਦੁਕਾਨਾਂ ਸਾਹਮਣੇ ਸਭ ਕੁਝ ਵਾਪਰਿਆ, ਤੁਸੀਂ ਇਹ ਤਾਂ ਦੇਖਿਆ ਹੋਣਾ ਗੋਲੀ ਕਿਹਨੇ ਚਲਾਈ ਹੈ। ਓ ਜਨਾਬ, ਮੈਂ ਤੇ ਉਹਲੇ ਦੁਕਾਨ ਤੇ ਨਹੀਂ ਸੀ, ਮੈਂ ਤੇ ਬੱਚਿਆਂ ਨੂੰ ਲੈ ਕੇ ਹਸਪਤਾਲ ਗਿਆ ਸੀ ਦਵਾਈ ਲੈਣ। ਮੈਂ ਕੁਝ ਨਹੀਂ ਵੇਖਿਆ। ਤਾਂ ਵੇਖਿਆ ਹੋਣਾ ਜਨਾਬ, ਮੈਂ ਕੁਝ ਨਹੀਂ ਵੇਖਿਆ ਜੀ। ਹਾਂ, ਮੈਂ ਦੇਖਿਆ ਜੀ
ਸੁੱਚਾ ਸਿੰਘ ਦੇ ਮੁੰਡੇ ਗੋਗੇ ਨੇ ਆਪ ਗੋਲੀ ਮਾਰੀ ਆ ਥਾਣੇਦਾਰ ਦੇ। ਬਾਪੂ ਚੁੱਪ ਕਰ, ਆਪ ਦੀ ਲੱਤਾਂ ਦਾ ਕਵਰ ਚਾ ਸਾਨੂੰ ਕਿਉਂ ਮਰਵਾਉਣਾ, ਆਪਾਂ ਕੁਝ ਨਹੀਂ ਵੇਖਿਆ ਜਨਾਬ। अच्छा तो ये बताओ कि पुलिस के सामने तुमने ये क्यों बोला कि एएसआई बलविंदर सिंह का कत्ल तुमने किया है? मैं तो कहनी हूँ गोली बजे सुच्चा सिंह दे, जिन्हें चार छिलड़ा दा लालच दे के मेरा पुत फसाता ते मुड़ के सार नहीं लई। अच्छा तो ये करनैल सिंह उर्फ काला आपके यहाँ पे क्या काम करता था? की? आ कौन है? असी नहीं किसे काले वाले नु जान दे। इंटरेस्टिंग, वेरी इंटरेस्टिंग। तो गगनदीप आप बताइए कि 15 मार्च को आप कहाँ थे? जी मैं, तुसी मेरी गल तो सुनो। आप नहीं। तो गगनदीप 15 मार्च को आप कहाँ थे? जी मैं दिल्ली से गा। तो दिल्ली तुम कैसे गए? मेरा मतलब ट्रेन से, प्लेन से या फिर कार? चौहान जी, मेरा मतलब अगर तुम ट्रेन या प्लेन से गए होगे तो जरूर तुमने टिकट लिया होगा, और अगर अपनी कार से गए होगे तो टोल टैक्स पे तुम्हारी गाड़ी का नंबर तो होगा ही। अच्छा जी, तुसी देखिया सारा कुछ? हाँ जी, मैं इन्ना अखां दे नाल वेख्या जे गोगे ने गोली मारी जे थानेदार साहब नू। गगनदीप उर्फ गोगा तालीवाल, पिस्टल कौन सा है तुम्हारे पास? हाँ जी। मेरा मतलब कौन से हथियार का लाइसेंस है तुम्हारे पास? लाइसेंस तो कोई है जी, आरती बोर्ड का। जिसके साथ एएसआई बलविंदर सिंह की हत्या हुई थी? मैं कुछ समझा नहीं। खैर छोड़िए, वो सब इन्फॉर्मेशन तो है हमारे पास। सत श्री अकाल जीजा जी। ओ जी, मैं आ विक्रम चौहान दे ऑफिस बैठा सी, ओ साडी तो कोई ये गल ही नहीं सुन रहे जी। लो एक मिनट, तुसी ओ गल करो इन्हां नाल। जी आ लो, लो जी गल करो। कौन है? मेरे जीजा जी। खान जीजा जी, डेप्यूटी सीएम। जहीं सर, आई विल डू माई बेस्ट सर। जी सर। तुम क्या सोचते हो ये तुम्हारे भाई को बचा लेगा? तुम्हारे भाई को तो प्राइम मिनिस्टर भी नहीं बचा सकता। ओए गल सुन मिस्टर धक्क मकोड़ा, अपनी हद से रह के गल कर, बहुता जेम्स बॉन्ड बनने की कोशिश ना कर, वरना तेरे वर्गे नहीं तो क्या कर लोगे तुम? साला तुम विक्रम चौहान को धमकी दे रहे हो? ना तो ये देखी मुंह लगना है। Get out from my office! चल चल, कोई गल नहीं, देखांगे। और हाँ सुच्चा सिंह, तुम्हारा भाई तो गया, कहीं ये ना हो कि ड्रग के धंधे में तुम्हें भी जेल की हवा खानी पड़े। सुबह इस फाइल की कॉपी कोर्ट में सबमिट करानी है। राइट सर। देखता हूं इन भाइयों की हिंकड़ी कैसे निकलती है। समोसा लो ना यार। नो सर, थैंक्स। अरे लो यार। राइट सर। कैडर दे सीनियर आईपीएस अधिकारी श्री विक्रम चौहान दी कल राती एक सड़क हादसे विच मौत हो गई है। विक्रम चौहान एएसआई बलविंदर सिंह दे कत्ल दे केस दी जांच कर रहे सन। ए हादसा उस समय वापरिया जदों दफ्तर तो गेस्ट हाउस वल इकल्ले ही अपनी गड्डी विच जा रहे सन। विक्रम चौहान आजकल हाई कोर्ट दे हुक्म मुताबिक एएसआई बलविंदर सिंह सिद्धू दे कत्ल केस दी जांच कर रहे सन। कुछ लोग ता इस सड़क हादसे नु शक दी नजर नाल वेख रहे हन। ਇਹ ਹਾਦਸਾ ਮਹਿਜ ਇੱਕ ਐਕਸੀਡੈਂਟ ਹੈ ਜਾਂ ਕਤਲ, ਇਸ ਨੂੰ ਲੈ ਕੇ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਹਨ।
क्योंकि अज ही विक्रम चौहान अपनी जांच की रिपोर्ट अदालत विच पेश करने वाले सन। हाँ जी ऐस मान लो जी शायद तुहाडे किसी काम आ जाए। तुसी कौन? पाची सत श्री अकाल। दिप्पी। हाँ जी। आ देख जरा विक्रम चौहान दे कठे किते सबूतां दी फाइल है। साफ साफ लिखिया गोगा ही तेरे पापा दा असली कातल है। अच्छा मैनू लगता आपां नूं केस मीडिया च लैके जाना चाहिए। सवेर तक वेट नहीं कर सकते। आई थिंक वी शुड लीव इमीडिएटली। तू रुक मैं चाबी लैके आना। की हाल है तुहाडा? हैं मैं बोलदा गोगा। तेरी हिम्मत किद्दां हुई मैनू फोन करन दी? ओ हाय किन्ना मिठा बोलदी है। सौरभ दी तेनू दिलों प्यार करदा है मैं। जमा इत्थों मैनू कोई फर्क नहीं पैंदा। बेशक तू वो पड़ोए इंग्लैंडियन नल मंगना कर लिया पर वेक हनीमून ते ना तू मेरे नाल ही जाएगी। अपनी बकवास बंद कर कुत्तिया। विक्रम चौहान वालों इकट्ठे किते गए सारे सबूत इस वेले मेरे कोल ने। जे कल सवेर तक मैं तेरा जलूस ना कर दिता ता मैं भी थानेदार बलविंदर सिंह दी धी नहीं। कौन है? कौन है? कौन? गोगा। तेनू की लोड़ सी यार दसन दी? बड़े खतरनाक बंदे ने छेती निकल। किधर शहर चले सी जरूरी काम है। चलो उतर थले। एडा कड़ा जरूरी काम पै गया शहर च वो भी अद्धी रात नूं। बापू जी आ गए गुरुद्वारे तो। बापू जी ओ पापा नू कह दियो भाई कंपैन वाले नू फोन कर लेन। ओ भाई जी पहले मेहनत थले ला लो। आ जा भाई आ जा। वाहेगुरु। ओ भाई आज ही बनाएंगा के सारी बॉडी। जट मीन्स फिट। जट्टा नू हथियारां दी नहीं डौलियां दी लोड़ हुंदी है। भाई कदे कदे एदी भी लोड़ पै जांदी है। ओए छेती छेती हत्थ हला लो बड़ा वीर आउण वाला है। वो भी बहुत सारे कम ने इत्थे खड़ गणा यार।
ਬੱਲੇ ਪਹਿਰੀ ਬੈਨ ਬਾਪੂ ਜੀ ਵੱਡੇ ਵੀਰ ਨੂੰ ਆਉਣ ਨੂੰ ਹਲੇ ਏਅਰਪੋਰਟ ਤੋਂ ਟਾਈਮ ਹੈ ਤੇ ਤੁਸੀਂ ਪਹਿਲੀ ਨਵਾਂ ਕੁਰਤਾ ਪਜਾਮਾ ਪਾ ਲਿਆ ਵਾਹਿਗੁਰੂ ਪੈਰੀ ਪਹਿਨਾ ਬਾਪੂ ਜੀ ਆ ਗਿਆ ਪੁੱਤਰਾ ਹਾਂ ਆ ਤੇ ਗਿਆ ਪਰ ਟੈਕਨੀਕਲ ਪ੍ਰੋਬਲਮ ਦੀ ਵਜ੍ਹਾ ਨਾਲ ਦਿੱਲੀ ਦੇ ਬਜਾਏ ਰਾਜਸਥਾਨ ਲੈਂਡ ਕਰਨਾ ਪਿਆ ਹੈ ਬਸ ਇਹ ਕੰਮ ਮਾੜਾ ਹੋ ਗਿਆ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਹੈ ਰੱਬ ਦੀ ਮਰਜ਼ੀ ਤਾਂ ਹਮੇਸ਼ਾ ਮੇਰੇ ਖਿਲਾਫ ਰਹੀ ਹੈ ਬਾਪੂ ਜੀ ਨਹੀਂ ਤਾਂ ਕਦੇ ਇਹ ਫਲਾਈਟ ਫੜਨੀ ਨਾ ਪੈਂਦੀ ਚਲੋ ਛੱਡੋ ਤੁਸੀਂ ਦੱਸੋ ਤੁਸੀਂ ਕਿੱਦਾਂ ਹੋ ਤੂੰ ਆਪੇ ਦੱਸ ਇੰਨੇ ਸਾਲਾਂ ਬਾਅਦ ਜਿਹੜਾ ਪਿਓ ਆਪਣੇ ਪੁੱਤ ਦਾ ਮੂੰਹ ਦੇਖੂ ਉਹ ਭਲਾ ਕਿੱਦਾਂ ਹੋਵੇਗਾ ਮੇਰੇ ਨਾਲੋਂ ਤਾਂ ਜ਼ਿਆਦਾ ਖੁਸ਼ ਨਸੀਬ ਹੋਏਗਾ ਦੁਨੀਆਂ ਦਾ ਹਰ ਇਨਸਾਨ ਖੁਸ਼ ਨਸੀਬ ਹੋ ਸਕਦਾ ਜੇ ਉਹਦੇ ਭਾਣੇ ਵਿੱਚ ਚੱਲੇ ਕੋਸ਼ਿਸ਼ ਤਾਂ ਬਥੇਰੀ ਕਰਦਾ ਹੈ ਬਾਪੂ ਜੀ ਪਰ ਰੱਬ ਨੇ ਇੰਨਾ ਵੱਡਾ ਦਿਲ ਨਹੀਂ ਦਿੱਤਾ ਜਿੰਨਾ ਵੱਡਾ ਦੁੱਖ ਦੇ ਦਿੱਤਾ ਦੁੱਖਾਂ ਨੂੰ ਯਾਦ ਰੱਖਿਆ ਦੁੱਖ ਮੁੱਕਦੇ ਨਹੀਂ ਪੁੱਤਰਾ ਦੁੱਖ ਤਾਂ ਭੁਲਾਉਣੇ ਪੈਂਦੇ ਨੇ ਪਰ ਦੁੱਖਾਂ ਨੂੰ ਭੁਲਾਉਣ ਲਈ ਵੀ ਤਾਂ ਸੁੱਖਾਂ ਦੀ ਲੋੜ ਪੈਂਦੀ ਹੈ ਨਾ ਤੇ ਸੁੱਖ ਮੇਰੇ ਨਸੀਬ ਵਿੱਚ ਨਹੀਂ ਨਾ ਸੁੱਖ ਵਿੱਚ ਗ੍ਰਹਿਸਤ ਦੇ ਨਾ ਵਿੱਚ ਛੱਡ ਗਿਆ ਸੁੱਖੇ ਵਿੱਚ ਵਿਚਾਰ ਦੇ ਸੰਤਾ ਸ਼ਰਨ ਪਿਆ ਤੂੰ ਆ ਜਾ ਵਾਹਿਗੁਰੂ ਭਲੀ ਕਰੇਗਾ ਮਨਮੀਤ ਰਾਜਸਥਾਨ ਘੁੰਮਣ ਦੀ ਜ਼ਿੱਦ ਕਰ ਰਹੀ ਹੈ ਮੈਂ ਵੀ ਸੋਚਿਆ ਕਿ ਇੱਥੇ ਆਏ ਤਾਂ ਹੋਏ ਹਾਂ ਇਹਨਾਂ ਨੂੰ ਕੁਝ ਦਿਨ ਘੁਮਾ ਦੇਈਏ ਅਸੀਂ 4-5 ਦਿਨਾਂ ਬਾਅਦ ਪੰਜਾਬ ਵਾਪਸ ਆ ਜਾਵਾਂਗੇ ਤੁਸੀਂ ਆਪਣਾ ਖਿਆਲ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਕਰਮਜੀਤ ਉੱਥੇ ਜਾਣ ਨੂੰ ਜੀ ਕਰਦਾ ਵੀ ਹੈ ਤੇ ਡਰਦਾ ਵੀ ਹੈ ਖੌਰੇ ਮੈਂ ਉਹਨਾਂ ਯਾਦਾਂ ਨੂੰ ਭੁਲਾ ਸਕਾਂਗਾ ਵੀ ਕਿ ਨਹੀਂ ਜਿਨ੍ਹਾਂ ਨੂੰ ਭੁਲਾਉਣ ਲਈ ਮੈਂ 14 ਸਾਲ ਪਰਦੇਸਾਂ ਵਿੱਚ ਧੱਕੇ ਖਾਂਦਾ ਰਿਹਾ ਸਰਦਾਰ ਜੀ ਉਹਨਾਂ ਥਾਵਾਂ ਤੋਂ ਭੱਜ ਕੇ ਵੀ ਤਾਂ ਅਸੀਂ ਜੀਤੇ ਦੀਆਂ ਯਾਦਾਂ ਨੂੰ ਨਹੀਂ ਭੁਲਾ ਸਕੇ ਇੰਝ ਲੱਗਦਾ ਜਿਵੇਂ ਮੇਰਾ ਜੀਤਾ ਅੱਜ ਵੀ ਉੱਥੇ ਹੀ ਹੈ ਪਿਓ ਨਾ ਕਿਸੇ ਦਾ ਹੋਵੇ ਗੁਆਂਢ ਭਾਵੇਂ ਚੋਰ ਵਸਣ ਪੁਲਸੀਆ ਪਿਓ ਨਾ ਕਿਸੇ ਦਾ ਹੋਵੇ ਹੈ ਤੇ ਤੇਰੇ ਵਰਗੇ ਪੁੱਤਰ ਘਰ ਘਰ ਜੰਮਣ ਵਾਹ ਥੈਂਕ ਯੂ ਡੈਡ ਦੇ ਬੱਚੇ ਪਹਿਲਾਂ ਮੈਨੂੰ ਇਹ ਦੱਸੋ ਰਾਤ ਤੁਸੀਂ ਕਿੱਥੇ ਸੀ ਰਾਤੀ ਡੈਡ ਆਪਾਂ ਯੁਵਾ ਸਭਾ ਸਮਿਤੀ ਖੋਲ੍ਹੀ ਹੈ ਨਾ ਬਸ ਉਸੇ ਕੰਮ 'ਚ ਲੱਗੇ ਸੀ ਜਾਣਦਾ ਮੈਂ ਤੁਹਾਡੀ ਸੇਵਾ ਸਮਿਤੀ ਨੂੰ ਡੈਡ ਟੂਰ 'ਤੇ ਚੱਲਿਆ ਦੇਣੇ ਤਾਂ ਕੁਝ ਪੈਸੇ ਦਿਓ ਕਿਸੇ ਦੇ ਕੰਮ ਵੀ ਆਉਣਗੇ ਐਵੇਂ ਸਵੇਰੇ ਸਵੇਰੇ ਗਾਲਾਂ ਦੇਈ ਜਾਂਦੇ ਹੋ ਬੰਦਾ ਗਾਂਹ ਵੀ ਕਿਸੇ ਨੂੰ ਨਹੀਂ ਦੇਣ ਜੋਗਾ ਆ ਦਿਓ ਇਹਨੂੰ ਨੋਟਾਂ ਦੀ ਪੰਡ ਯਾਰਾਂ ਦੋਸਤਾਂ ਨੂੰ ਖਵਾ ਕੇ ਆਵੇ ਉਹ ਮੇਰੀ ਇਹ ਭੋਲੀਏ ਮਾਏ ਕੌਣ ਕਿਸੇ ਨੂੰ ਖਵਾ ਸਕਦਾ
सब आपो अपनी किस्मत दा खांदे आ, तुसी बस एवें टेंशन ना लिया करो। टेंशन तेरी नहीं हुंदी, तेरे आवारा दोस्तां दी हुंदी है, उन्हां दी संगत छड़ दिओ काका जी। छड़ तां दित्ती डैड, इन्ने दिन हो गए, कोई आया मैनूं बुलाउण? दसो ओ परम, चल आ जा यारा। आ गए ने शहजादे सारे। आ वेख लै अपने पुत्र नूं, इह थोड़ा बिगाड़िया विआह। मैं की देखा, तुसी बिगाड़िया, तुसी देखो। तुसी बिगाड़िया इहनूं। ਤੁਸੀਂ ਨਾ ਪਹਿਲਾਂ ਮੈਨੂੰ ਵੇਖ ਲਓ, ਬਾਕੀ ਦੀ ਗੱਲ ਬਾਅਦ ਚ ਕਰ ਲਿਓ। ਤੂੰ ਜਾਣਾ ਕਿ ਇੱਥੋਂ ਫੋਨ ਕਰਦਾ ਰਹੀ ਮੁੰਡਿਆ। ਉਦੈਪੁਰ ਤੋਂ ਆ ਕੇ ਮਿਲਦੇ ਡੈਡ। ਉਹ ਪੜਦਾ ਗੱਡੀ ਤੇ ਗੱਡੀ ਤੇਰੇ ਤੋਂ ਨਹੀਂ ਸੰਭਲ। ਮੈਨੂੰ ਦੱਸਦਾ ਨੀ ਓਏ, ਤਿੰਨ ਤਿੰਨ ਜਣੇ ਚੜੇ ਫਿਰਦੇ ਹੋ, ਕਾਹਦੀ ਆਖਰ ਆਈ ਹੈ? ਉਹ ਸੌਰੀ ਬਾਈ ਯਾਰ, ਗਲਤੀ ਹੋ ਗਈ। ਹੁਣ ਭਜਾ ਬਾਈ। ਬਾਈ ਕਿਹਾ ਨਾ ਗਲਤੀ ਹੋ ਗਈ, ਅਸੀਂ ਮੰਨ ਵੀ ਲਈ। ਇਹ ਡੌਲਿਆਂ ਦਾ ਜ਼ੋਰ ਕਿਸੇ ਹੋਰ ਨੂੰ ਵਿਖਾਈ। ਵੈਸੇ ਵੀ ਅੱਜ ਸਾਡੇ ਕੋਲ ਟਾਈਮ ਹੈ ਨਹੀਂ। ਜਿੱਦਣ ਟਾਈਮ ਹੋਇਆ ਨਾ ਤੇਰੇ ਕੋਲ, ਉੱਦਣ ਆ ਜੀ, ਤੇਰਾ ਵੀ ਰਾਂਝਾ ਰਾਜੀ ਕਰ ਦੂੰ ਮੈਂ। ਚੱਲ ਛੇਤੀ ਕਰ, ਬਸ ਬੈਠੇ ਉਡੀਕ ਦੇ। ਲੋ ਵੀ ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਕਿਆ ਬਾਤ ਤੇ ਨਾਲ ਪੰਜ ਚਾਰ ਸੋਹਣੀਆਂ ਸਹੇਲੀਆਂ ਦਾ। ਕਿਉਂਕਿ ਮਰਜਾਣੇ ਨੇ ਆਖਿਆ ਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਚੜ੍ਹਦੀ ਜਵਾਨੀ ਵਿੱਚ ਰੁਤਮਸਤਾਨੀ ਵਿੱਚ ਕਿਸੇ ਨਾਲ ਫਸਣਾ ਜ਼ਰੂਰ ਚਾਹੀਦਾ। ਸੋ ਮੇਰੇ ਵੀਰੋ ਤੇ ਇਹਨਾਂ ਦੀਆਂ ਭੈਣੋ, ਇਸ ਵਧੀ ਦੁਨੀਆਂ 'ਚ ਘਟਦੇ ਪਿਆਰ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪਿਆਰ ਦੀ ਮਾਰਕੀਟਿੰਗ ਸ਼ੁਰੂ ਕੀਤੀ ਹੈ। ਸੋ ਕਿਸੇ ਨੂੰ ਸੱਚੇ ਪਿਆਰ ਦੀ ਤਲਾਸ਼ ਹੋਵੇ ਤੇ ਉਹ ਮੈਨੂੰ ਫੋਨ ਕਰੇ, ਤੇ ਜੇ ਕਿਸੇ ਕੋਲ ਸੱਚਾ ਪਿਆਰ ਫਾਲਤੂ ਹੋ ਗਿਆ ਹੋਵੇ ਆ ਚੇਪੀ ਨੂੰ ਫੋਨ ਕਰੇ, ਸਾਲਾ ਮਰਦਾ। ਹੋ ਗਏ ਮੱਥਾ ਮਾਰ ਦੇਣ, ਇੱਕ ਤਾਂ ਤੇ ਤੋਂ ਫਸੀ ਨਹੀਂ ਬਾਈ। ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾ ਪਾਵੇ, ਹੁਣ ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਹੀ ਆਣਾ ਲਾਵੇ। ਪਾਣੀ ਕਿੱਥੇ ਪਾਇਆ ਮਾਲੀ ਨੇ? ਕੁੜਤੀ ਮਲਮਲ ਦੀ ਤੇ ਡੁੱਲਣਾ ਚਾਹੀਦਾ। ਭੁੱਲ ਗਿਆ ਜੋ ਤੇਰੇ ਨਾਲ ਹੋਈ ਸੀ? ਉਹ ਤੁਸੀਂ ਉਦੋਂ ਹੀ ਚਾਰ ਮਾਰ ਲਈ, ਵਿਚਾਰਾ ਕੱਲਾ ਸੀ, ਅੱਜ ਮਾਰੋਗਾ? ਉਹ ਬਰੈਗੀਓ, ਤੁਸੀਂ ਇੱਥੇ ਹੀ ਲੜੀ ਜਾਂਦੇ, ਉੱਥੇ ਜਾ ਕੇ ਕੀ ਕਰੋਗੇ ਓਏ? ਉਹ ਪੰਡਤਾ ਉੱਥੇ ਪਹੁੰਚੀ ਤਾਂ ਸਹੀ, ਫੇਰ ਦੇਖੀ ਰੌਣਕਾਂ ਲੱਗਦੀਆਂ। ਓਏ ਉੱਥੇ ਜਾ ਕੇ ਰੌਣਕਾਂ ਲਾਉਣੀਆਂ, ਇੱਥੇ ਕਾਹਤੇ ਰੌਲਾ ਪਾਇਆ? ਇੱਥੇ ਵੀ ਰੌਣਕਾਂ ਲਾ ਲਓ। ਉਹ ਬਿਨਾਂ ਪੀਤੇ ਕਿੱਥੇ ਰੌਣਕਾਂ ਲੱਗਦੀਆਂ ਯਾਰਾ, ਦੇਖੀ ਜੱਟ ਦਾਰੂ ਪੀ ਕੇ ਕਿਵੇਂ ਬੱਕਰੇ ਬੁਲਾਉਂਦੇ ਨੇ। ਕਰਾਲੀ
ਕਿੰਨਾ ਵੱਡਾ ਪਾਰਕ ਹੈ ਯਾਰ ਆਹ ਤਾਂ ਵਧੀਆ ਉਹ ਇਹਦੇ ਮਗਰ ਮਗਰ ਉਤਰ ਯਾਰ ਇਹਦੇ ਨਾਲ ਨਾਲ ਹੀ ਰਹਿਣਾ ਸਾਰੇ ਆ ਗਏ ਡੱਕ ਕੇ ਸੋਣਾ ਬਸ ਅੱਛਾ ਚਲੋ 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 ਆਜਾ ਆਜਾ ਮੈਂ ਬੁਲਾ ਰਹੇ ਆਪਾਂ ਇੱਥੇ ਸਟੇ ਕਰ ਰਹੇ ਹਾਂ ਸਾਰਿਆਂ ਨੂੰ ਲਿਸਟ ਮਿਲ ਚੁੱਕੀ ਹੈ ਤੇ ਸਾਰੇ ਆਪਣੇ ਰੂਮ 'ਚ ਜਾ ਕੇ ਰੈਸਟ ਕਰ ਲਓ ਓਕੇ ਮੈਮ ਫਰੈਸ਼ ਹੋ ਕੇ ਆਪਾਂ ਮਾਰਕੀਟ ਚੱਲਾਂਗੇ ਸ਼ੋਰ ਮੈਮ ਚਲੋ ਬਾਏ ਮੈਮ ਲੱਭਦੇ ਆ ਠੀਕ ਹੈ ਮੈਡਮ ਦੀ ਨਿਗਾਹ ਰੱਖੋ ਦੂਰਬੀਨ ਵੀੜੀ ਫਿਰਦਾ ਡਰਾਈਵਰ मरन आई है आई तो सी बचाउण नू पर लगता है हुण नहीं तू बचदा हाय ओए बिल्कुल कल्ली कुड़ी हां सुनसान थां ते हां तेरे उत्ते ते तू ओदे थल्ले हां हाय ओए ओए रंग गोरा सी फिगर मेरे डिंपी वांगू कैट सी हां सच्ची एदा एदा करदी सी हाय ਉਹਦਾ ਉੱਚਾ ਲੰਬਾ ਕੱਦ ਹਾਏ ਤੋ ਸੋਹਣੀ ਹੱਦੋਂ ਵੱਧ ਹਾਏ ਰੂਪ ਉਹਦਾ ਚਮਚਮ ਕਰਦਾ ਸੀ ਉਹ ਸਾਲਿਆ ਵੇ ਤੇਰੀ ਬਿਜਲੀ ਲਾ ਕੇ ਮਰਦਾ ਸੀ ਮਰ ਜਾਂਦਾ ਤਾਂ ਚੰਗਾ ਸੀ ਮੁੰਡਿਆਂ ਦਾ ਸਿਰ ਨੀਵਾ ਕਰਾਤਾ ਬਿਜਲੀ ਦੀਆਂ ਤਾਰਾਂ ਉਹਦੇ ਉੱਤੇ ਸੀ ਤੂੰ ਉਹਦੇ ਥੱਲੇ ਸੀ ਇੱਕ ਚੁੰਬੀ ਲੈ ਲੈਂਦਾ ਤੇਰਾ ਕਿਹੜਾ ਕੁਝ ਜਾਣਾ ਸੀ ਉਹ ਕਿਹੜਾ ਹਿਲਦੀ ਸੀ ਜੇ ਹਿਲ ਜਾਂਦੀ ਤਾਂ ਬਿਜਲੀ ਲਾ ਕੇ ਸਾਡਾ ਦੋਵਾਂ ਦਾ ਕੰਮ ਵੀ ਹੋ ਜਾਣਾ ਸੀ ਉਹ ਕੰਮ ਤਾਂ ਹੋਣਾ ਹੀ ਸੀ ਸਵੇਰੇ ਖਬਰ ਵੀ ਲੱਗਣੀ ਸੀ ਵੀ ਜਵਾਨ ਮੁੰਡੇ ਕੁੜੀ ਨੇ ਖੜੇ ਖੰਬੇ ਠਾ ਕੇ ਜਾਣ ਦੇਤੀ ਉਹ ਪਣਤਾ ਇਹਦੀ ਖਬਰ ਤਾਂ ਨਹੀਂ ਲੱਗੀ ਪਰ ਤੇਰੀ ਖਬਰ ਜ਼ਰੂਰ ਲੱਗੂ ਕਿ ਮੁੰਡੇ ਦੀ ਪੁੜੀ ਤੇ ਕਿਸ ਤਰ੍ਹਾਂ ਦਾ ਬਾਹਮਣ ਵਿਆਹ ਤੇ ਚੜ ਗਿਆ ਉਹ ਕੰਜਰੋ ਇਹਨੂੰ ਤਾਂ ਕਿਸੇ ਨੇ ਕੁੜੀ ਨਹੀਂ ਦੇਣੀ ਆਪਾਂ ਤਾਂ ਲੱਭਣੀ ਆ ਚਲੋ ਚਲੀਏ ਜਾ ਕੇ ਸੋਈਏ ਉਹ ਬਹਿ ਜਾਓ ਯਾਰ ਵਧੀਆ ਗੱਪਾਂ ਮਾਰੀ ਜਾਂਦੇ ਸੀ ਉਹ ਗੱਪਾਂ ਮਾਰਨ ਨਾਲ ਕੁਛ ਨਹੀਂ ਹੋਣਾ ਮਿੱਤਰੋ ਹੱਥ ਪੈਰ ਮਾਰੋ ਹੱਥ ਪੈਰ ਇਹਦੇ ਤੇ ਤਾਂ ਕੁੜੀਆਂ ਡਿੱਗਦੀਆਂ ਫਿਰਦੀਆਂ ਆਪਣੇ ਤੇ ਕਿਹਨੇ ਡਿੱਗਣਾ ਸੋਹਣਾ ਨੇ ਗੱਲ ਕਹੀ ਹੈ ਬਾਈ ਹਾਂਜੀ ਮਹਾਰਾਜ ਯਾਰ ਸ਼ਹਿਰ 'ਚ ਕੁੜੀਆਂ ਬਣੀਆਂ ਤੇ ਚੇਪੀਆਂ ਥੋੜੀਆਂ ਹੁਣ ਚੇਪੀਆਂ ਲਿਖਣ ਨਹੀਂ ਚੇਪਣ ਦਾ ਟਾਈਮ ਹੈ ਅੱਛਾ ਵਾਹ ਬਾਈ ਵਾਹ ਸਿਟੀ ਆਫ ਲੇਕਸ ਮਾਈਂਡ ਬਲੋਇੰਗ ਉਹ ਬਾਣੀਆਂ ਕੀ ਕਰਦਾ ਫਿਰਦਾ ਓਏ ਆ ਜਾ ਵੇਖੀਏ ਕਰਾਂ ਓਏ ਹੋ ਜਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ 'ਚ ਕਦੇ ਕਦੇ ਮਿਲਦਾ ਕੱਲਿਆਂ ਦੇ ਕਾਹਦੇ ਨਜ਼ਾਰੇ ਪਾਓ ਹਾਏ ਇਹ ਆਪਣੀ ਡੈਂਪੀ ਹੈ ਨਹੀਂ ਸਾਲੇ ਮੇਰੇ
ਨਹੀਂ ਹੈ। ਅੱਜ ਨਾ ਰੁਕ ਯਾਰ, ਤੂੰ ਕਿਹਾ ਸੀ ਨਾ ਜੇ ਇਸ ਸਾਲ ਨਾ ਫਸੀ ਤਾਂ ਤੂੰ ਫਸਾਲੀ। ਮੇਰਾ ਸਾਲ ਹਲੇ ਖਤਮ ਨਹੀਂ ਹੋਇਆ। ਪਰ ਮੇਰਾ ਸਬਰ ਖਤਮ ਹੋ ਗਿਆ। ਸ਼ਰਮਿਆ ਸ਼ਰਮ ਕਰ, ਉਹ ਮੇਰੀ ਮਸ਼ੂਕ ਹੈ ਯਾਰ। ਮੰਨਿਆ ਤੇਰੀ ਮਸ਼ੂਕ ਹੈ, ਧਾਰੀ ਦੇ ਦੇ ਯਾਰ। ਅਗਲਾ ਬਾਣੀ ਆਪਣੀ ਮਸ਼ੂਕ ਧਾਰੀ ਦਊ, ਅਗਲਾ ਵਿਆਜ ਤੇ ਦਊ। ਤੇਰੀ ਮੈਦਾਨ ਸਾਫ ਡਿੰਪੀ। ਜਾਊਂਗਾ ਅੱਗੇ ਵੀ ਜਾਊਂਗਾ ਪਿੱਛੇ ਵੀ ਜਾਊਂਗਾ, ਪੱਪੀਆਂ ਵੀ ਲਾਊਂਗਾ ਜੱਫੀਆਂ ਵੀ ਪਾਊਂਗਾ, ਨਾਲੇ ਵੀ ਦਿਨਾਂ ਨੂੰ ਰੱਖੜੀ ਨੀ ਲੋੜੀ ਆ। ਮੰਮਾ ਮੈਂ ਕੁਛ ਲੈ ਲਾਂ? ਪੁੱਤ ਲੈ ਲੈ ਜਿਹੜਾ ਕੁਛ ਤੂੰ ਲੈਣਾ। ਕਿਉਂ ਸਰਦਾਰ ਜੀ, ਆਪਾਂ ਕਿਹੜਾ ਰੋਜ਼ ਰੋਜ਼ ਇੱਥੇ ਆਉਣਾ। ਫਿਕਰ ਨਾ ਕਰਿਆ ਕਰ ਪੈਸੇ। ਵਾਓ ਕਿੰਨੀ ਸੋਹਣੀ ਹੈ। ਮੰਮਾ ਮੈਂ ਜਾ ਕੇ ਲੈ ਲਾਂ। ਜਾ ਲੈ ਲੈ ਜਿਹੜਾ ਕੁਛ ਲੈਣਾ। ਉਹ ਸਾਹਮਣੇ ਚੱਲ। ਬੈਗ ਮੇਰਾ, ਮੇਰਾ ਬੈਗ। ਚੋਰ ਚੋਰ ਚੋਰ। ਇੱਕ ਮਿੰਟ ਮੈਂ ਲੈ ਕੇ ਆ, ਇੱਕ ਮਿੰਟ। ਜਿੰਦਾ ਲਾ ਕੇ ਰੱਖਣ ਵਾਲੀ ਚੀਜ਼ ਹੁੰਦੀ ਤਾਂ ਇਹਨੂੰ ਸੀਨੇ ਨਾਲ ਲਾ ਕੇ ਕਿਉਂ ਰੱਖਦਾ? ਅੱਛਾ ਜੀ, ਇਹੋ ਜਿਹੀ ਕਿਹੜੀ ਕੀਮਤੀ ਚੀਜ਼ ਆ ਇਹਦੇ ਵਿੱਚ? ਇਹ ਨਾ ਪੁੱਛ, ਬਸ ਇਹ ਸਮਝ ਲੈ ਮੇਰਾ ਸਭ ਕੁਛ ਹੀ ਇਹਦੇ ਵਿੱਚ ਹੈ। ਵੈਸੇ ਬਾਈ ਦੀ ਵੇ, ਤੂੰ ਕੌਣ ਹੈ? ਉਹ ਮੈਂ ਤਾਂ ਅੰਕਲ ਇੱਥੇ ਪੰਜਾਬ ਤੋਂ ਘੁੰਮਣ ਆਇਆ ਸੀ। ਅੱਛਾ, ਹੁਣ ਆਪ ਇੱਥੇ ਖੜਾ, ਦਿਮਾਗ ਕਿਤੇ ਹੋਰ ਘੁੰਮੀ ਜਾਂਦਾ। ਹਾਏ ਰੱਬਾ, ਸਿਰ 'ਚ ਕਿਤੇ ਅਲਿਸ ਵਲਿਸ ਸੱਟ ਤਾਂ ਨਹੀਂ ਲੱਗੀ? ਉਹ ਨਹੀਂ ਆਂਟੀ, ਮੈਂ ਤਾਂ ਇੱਕ ਕੁੜੀ ਪਿੱਛੇ ਗੁਆਚਾ ਫਿਰਦਾ। ਕੁੜੀ ਬਹੁਤ ਸੋਹਣੀ ਅੰਕਲ, ਰੰਗ ਗੋਰਾ, ਸ਼ਰਬਤੀ ਅੱਖੀਆਂ, ਧੌਣ ਸੁਰਾਹੀ ਵਰਗੀ ਲੱਕ। ਉਹ ਬਸ ਰਹਿਣ ਦੇ ਲੱਭ ਜੂਗੀ, ਚਿੰਤਾ ਨਾ ਕਰ। ਅਸੀਂ ਟੂਰਿਸਟ ਹਾਂ, ਇੱਥੇ ਨੇੜੇ ਠਹਿਰੇ ਹੋਏ ਹਾਂ। ਆ ਸਾਡੇ ਨਾਲ ਚੱਲ, ਚਾਹ ਪਾਣੀ ਪੀਂਦੇ। ਤੁਹਾਡੇ ਨਾਲ ਚਾਹ ਪਾਣੀ ਕਿਸੇ ਹੋਰ ਦਿਨ ਪੀਊਂਗਾ, ਅੱਜ ਤਾਂ ਉਸ ਕੁੜੀ ਨੂੰ ਲੱਭ ਕੇ ਉਹਦੇ ਨਾਲ ਕਾਫੀ ਪੀਣ ਦਾ ਇਰਾਦਾ ਹੈ। ਚੰਗਾ ਅੰਕਲ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਟਾ, ਖੁਸ਼ ਰਹੇ। ਮਮਾ ਆ ਡਾਇਰੀ ਕਿਦਾਂ? ਵਧੀਆ, ਚੰਗੀ ਹੈ ਨਾ? ਆ ਤੈਨੂੰ ਕਿਹਾ ਸੀ ਸ਼ੀਨੂ। ਯਾਰ ਗੱਲ ਤੇ ਸੁਣ ਮੇਰੀ ਸ਼ੀਨੂ, ਰੁਕ ਤੇ ਯਾਰ ਸ਼ੀਨੂ। ਸ਼ੀਨੂ ਯਾਰ, ਇਹ 'ਚ ਗੁੱਸੇ ਹੋਣ ਵਾਲੀ ਕਿਹੜੀ ਗੱਲ ਆ? ਮੈਂ ਜਸ ਤੇਥੋਂ ਪੁੱਛਿਆ ਹੀ ਹੈ ਨਾ, ਕੋਈ ਆਪਾਂ ਭੱਜ ਕੇ ਵਿਆਹ ਕਰਾ ਤੇ ਨਹੀਂ ਲਿਆ। ਗੱਲ ਤਾਂ ਠੀਕ ਹੈ, ਪਰ ਮੈਂ ਵੀ ਹੁਣ ਕੀ ਕਰਾਂ? ਯਾਰ ਮੈਂ ਕੀ ਕਰ ਸਕਦਾ, 4 ਵਾਰ ਤੇਰੇ ਪਿਓ ਦੀਆਂ ਮਿੰਨਤਾਂ ਕਰ ਚੁੱਕਾ ਜਾ ਕੇ, ਡੈਡੀ ਨੇ ਵੀ ਰਿਕੁਐਸਟ ਕੀਤੀ, ਤੇਰੇ ਤਾਏ ਨੇ ਵੀ ਸਮਝਾਇਆ, ਪਰ ਯਾਰ ਉਹ ਨਹੀਂ ਮੰਨਦੇ, ਉਹ ਨਹੀਂ ਮੰਨਦੇ। ਦੇਖ ਆਪਾਂ ਇੱਕ ਵਾਰ ਕੋਰਟ ਮੈਰਿਜ ਕਰਵਾ ਲੈਂਦੇ ਹਾਂ, ਫਿਰ ਦੇਖੀ ਬਾਅਦ 'ਚ ਸਾਰੇ ਆਪੇ ਮੰਨ ਜਾਣਗੇ। ਘਰ
ਸੇ ਤਿਆਰ ਹੋ ਕੇ ਕਿੱਥੇ ਚੱਲੇ ਹੋ ਨਾਲੇ ਕੱਲੇ ਕੱਲੇ ਹੋ ਮੈਂ ਚੱਲੀ ਟੱਠੇ ਖੂਚ ਜਾਣਾ ਨਹੀਂ ਉਹ ਤੇਰਾ ਫੇਵਰੇਟ ਪਲੇਸ ਹੈ ਤੂੰ ਹੀ ਜਾ ਯੋਗਾ ਇਹ ਵੀ ਘਰ ਸੇ ਤਿਆਰ ਹੋ ਕੇ ਚੱਲਿਆ ਅੱਜ ਕੋਈ ਫੈਂਸੀ ਡਰੈਸ ਕੰਪੀਟੀਸ਼ਨ ਹੈ ਉਹ ਮੇਰੇ ਲਈ ਤਾਂ ਯਾਰਾ ਕੰਪੀਟੀਸ਼ਨ ਹੀ ਆ ਅੱਜ ਉਹਨੂੰ ਫੇਰ ਲੱਭਣ ਚੱਲਿਆ ਜੇ ਅੱਜ ਲੱਭ ਗਈ ਨਾ ਜਾਂਦਿਆਂ ਨੂੰ ਬਸ ਆਈ ਲਵ ਯੂ ਕਹਿ ਕੇ ਨਾ ਕਿਸ ਲੈ ਲੈਣੀ ਫਿਰ ਤਾਂ ਸਾਡਾ ਜਾਣਾ ਬਹੁਤ ਜ਼ਰੂਰੀ ਹੈ ਇਤਿਹਾਸ ਰਚਿਆ ਜਾ ਰਿਹਾ ਬਿਲਕੁਲ ਜ਼ਰੂਰੀ ਹੈ ਬਹੁਤ ਹੀ ਜ਼ਰੂਰੀ ਹੈ ਕੀ ਜ਼ਰੂਰੀ ਹੈ ਹੈ ਕੁੜੀ ਲੱਭਣ ਚੱਲਿਆ ਕੋਈ ਵਿਆਹ ਨਹੀਂ ਕਰਾਉਣ ਚੱਲਿਆ ਜਿਹੜੀ ਬਾਂਦਰਾਂ ਦੀ ਬਰਾਤ ਨਾਲ ਲੈ ਜਾਂ ਵਿਆਹ 'ਚ ਬਾਂਦਰਾਂ ਦੀ ਬਰਾਤ ਲਿਜਾਣੀ ਹੈ ਫਿਰ ਆ ਦੋਹਾਂ ਨੂੰ ਲੈ ਜੀ ਮੈਂ ਕੁੜੀ ਵਾਲੇ ਪਾਸੋਂ ਆ ਜਾਊਂਗਾ ਕੁੜੀ ਵਾਲੇ ਪਾਸਿਓ ਆ ਜੀ ਕਿਤੇ ਕੁੜੀ ਦੇ ਨਾਲ ਨਾ ਜੀ ਕਰਾ ਲਈ ਆ ਜਾ ਇੱਥੇ ਕਿਤੇ ਫਿਰਦੀ ਹੋਣੀ ਯਾਰ ਕੁਬੇਰ ਦਾ ਖਜ਼ਾਨਾ ਲੱਭਣਾ ਸੁੱਖ ਹੈ ਕੁੜੀ ਲੱਭਣੀ ਬਹੁਤ ਔਖੀ ਹੈ ਉਹ ਭੁੱਖ ਨਾਲ ਇਸ ਤੇ ਸੀ ਹੋਈ ਪਈ ਯਾਰ ਓਏ ਆ ਕੀ ਜਲੂਸ ਕੱਢਿਆ ਓਏ ਇੱਥੇ ਕਿ ਬਹਿ ਗਏ ਆ ਸਾਡੇ ਤੋਂ ਇੰਨੀ ਪਕਾਈ ਨਹੀਂ ਹੁੰਦੀ ਰੋਟੀਆਂ ਖਵਾਈਆਂ ਨਹੀਂ ਧੱਕੇ ਖਵਾਈ ਜਾਂਦਾ ਕਿਉਂ ਬਈ ਤੁਹਾਨੂੰ ਇੱਥੇ ਭੁੱਖ ਲੱਗੀ ਆ ਮੇਰੀ ਇੱਥੇ ਭੁੱਖ ਮਰੀ ਪਈ ਆ ਉਹ ਗੱਲ ਸੁਣ ਲੈ ਪਰਮ ਲੋਹਾ ਲੋਹੇ ਨੂੰ ਕੱਟਦਾ ਹੀਰਾ ਹੀਰੇ ਨੂੰ ਕੱਟਦਾ ਤੇ ਕੁੱਤਾ ਤੈਨੂੰ ਕੱਟੇਗਾ ਓਏ ਕਿਉਂ ਹੀ ਕੁੱਤਾ ਤਾਂ ਕਿਸੇ ਨੂੰ ਕੱਟ ਸਕਦੇ ਯਾਰ ਪਰਮ ਤੈਨੂੰ ਕੁੜੀ ਦੀ ਲੱਗੀ ਹੈ ਸਾਨੂੰ ਭੁੱਖ ਲੱਗੀ ਹੈ ਯਾਰ ਕਿਉਂ ਬਈ ਭੁੱਖ ਲੱਗੀ ਹੈ ਲੈ ਚੱਲ ਯਾਰ ਕਿੱਥੇ ਖਾਈਏ ਕਿੱਥੇ ਉਹ ਵਾਲੇ ਹੋਟਲ ਉੱਥੇ ਉਹ ਸਾਹਮਣੇ ਹੋਟਲ 'ਚ ਰੋਟੀ ਖਾਂਦੇ ਤੇ ਨੇ ਆ ਰਾਜਸਥਾਨੀ ਕਚੋਰੀਆਂ ਨੂੰ ਵਾਟਾ ਮੈਂ ਤਾਂ ਚਿਬੜਾ ਚਟਨੀ ਸਮੇਟਣੀ ਹੈ ਚੇਪੀ ਕਹਿੰਦਾ ਬਲਾਬ ਜਾਮਣ ਚਟਨੀ ਖੜ ਜਾ ਕੀ ਹੋਇਆ ਉਹੀ ਕੁੜੀ ਹੈ ਵੇਟਰ ਓਏ ਉਹੀ ਕੁੜੀ ਤੇ ਕਰਦਾ ਕੀ ਹੈ ਜਾ ਕੇ ਲਵ ਯੂ ਕਹਿ ਦੇ ਕਿਸ ਕਰ ਜਾ ਹੁਣ ਉਹਦੇ ਤਾਂ ਬੜੀਆਂ ਗੱਲਾਂ ਮਾਰਦਾ ਸੀ ਓਏ ਕੱਲੀਆਂ ਗੱਲਾਂ ਹੀ ਨਹੀਂ ਕਰਦਾ ਸੀ ਕਰਕੇ ਵੀ ਵਿਖਾ ਦੂੰ ਅੱਛਾ ਕਰਕੇ ਵੀ ਵਿਖਾ ਦੂੰ ਲੱਗੀ ਸ਼ਰਤ ਲਾ ਫਿਰ ਲੱਗੀ 5-5 ਹਜ਼ਾਰ ਦੀ 5 ਹਜ਼ਾਰ ਮੇਰੇ ਵੀ ਹਾਂ 5 ਮੇਰੇ ਵੀ ਲਾ ਉਹ ਕੰਜਰ ਹੋਇਆ ਕਿਹੜਾ ਘੱਟ ਦਾ ਸੌਦਾ ਇਹਦੇ ਕੋਲ ਹੋਣਾ ਨਹੀਂ ਸਾਨੂੰ ਪਤਾ ਹੀ ਹੈ ਓ ਬਾਣੀਏ ਤੈਨੂੰ ਜ਼ਿਆਦਾ ਪਤਾ ਮੈਂ ਕੁਝ ਨਹੀਂ ਕਰਨਾ ਚੁੱਪ ਦੇਖ ਅੱਜ ਉਹਨੂੰ ਮੈਂ ਕਿੱਦਾਂ ਪ੍ਰਪੋਜ਼ ਕਰਦਾ ਕਰ ਲੈ ਫਿਰ ਜਾ ਕੱਲਿਆਂ ਪ੍ਰਪੋਜ਼ ਕਰਿਆ ਕੁਝ ਨਹੀਂ ਹੋਣਾ ਕੁਝ ਹੋਰ ਵੀ ਕਰਨਾ ਪੈਣਾ ਵੀਰੇ ਦੇ ਚਪੇੜੇ ਦੇਖੀ ਦੇਖੀ ਜਾ ਤੂੰ ਇਹਦੀ ਬੱਦਰੀ ਬਣਦੀ ਦੇਖੀ ਚੱਲ ਤੂੰ ਹਾਏ ਪਹਿਚਾਣਿਆ ਕੌਣ ਗੁੱਗੂ ਕਿਲ ਦੇਖਿਆ ਤੂੰ ਵੀ ਧੋਖਾ ਖਾ ਗਈ ਕੁੜੀਏ ਵੈਸੇ ਮੈਂ ਹੈ ਹੀ ਨਾ ਹੈਂਡਸਮ ਕਿ ਕੋਈ ਵੀ ਕੁੜੀ ਮੈਨੂੰ ਗੁੱਗੂ ਕਿਲ ਸਮਝਣ ਲੱਗ ਪੈਂਦੀ ਅੱਛਾ ਜੀ ਹਾਂਜੀ ਜੀ ਇੱਥੇ ਬੈਠਣ ਦੀ ਵਜ੍ਹਾ ਦੋ ਵਜ੍ਹਾ ਪਹਿਲੀ ਇਹ ਕਿ ਤੁਸੀਂ ਮੇਰੀ ਜਾਨ ਬਚਾਈ ਮੈਂ ਤੁਹਾਡਾ ਥੈਂਕਸ ਕਰਨਾ ਸੀ ਤੇ ਤੁਹਾਨੂੰ ਕਾਫੀ ਪੀਣੀ ਸੀ ਤੇ ਦੂਸਰੀ ਇਹ ਕਿ ਖੜੇ ਹੋ ਕੇ ਗੱਲ ਕਰਨ ਦਾ ਸਵਾਦ ਜਿਹਾ ਨਹੀਂ ਸੀ ਆ ਰਿਹਾ ਕਾਫੀ ਪੀਣ ਦਾ ਸਵਾਦ ਕੀ ਆਣਾ ਸੀ ਐਕਸਕਿਊਜ਼ ਮੀ ਓ ਮੁੰਦਰੀ ਪਾਤੀ ਮੈਂ ਵਾਸ਼ਰੂਮ ਓਕੇ ਓਏ ਕਾਫੀ ਲੱਗਾ ਪੀਣ ਮੰਨ ਗਏ ਵੀ ਪਰਮ ਤੈਨੂੰ ਹੁਣ ਕੁੜੀ ਦੀ ਕਿਸ ਵੀ ਲੈ ਕੇ ਦਿਖਾ ਦੇਾਂਗੇ ਬਣਗੇ ਮੰਨਦਾ ਤੇਰੇ ਮੰਨਿਆ ਕੀ ਹੋਣਾ ਕੁੜੀ ਮੰਨੇ ਤਾਂ ਹੈ ਓਏ ਉਹ ਵੀ ਮੰਨ ਜੂਗੀ ਤੁਸੀਂ ਦੇਖੀ ਜਾਇਓ ਉਹ ਵੇਖਣ ਹੀ ਤੇ ਆਇਆ ਪਹਿਲਾਂ ਉਹਦੀ ਕਿਸ ਤਾਂ ਲੈ ਉਹ ਵੀਰੇ ਲੈਣੀ ਪੈਣੀ ਹੈ ਬਿਲਕੁਲ ਲੈਣੀ ਪੈਣੀ ਹੈ ਤਾਂ 5 ਹਜ਼ਾਰ ਦੀ ਸ਼ਰਤ ਲੱਗੀ ਹੈ ਪਰ ਤੁਹਾਨੂੰ ਲੱਗਦਾ ਉਹ ਪਹਿਲੀ ਵਾਰ ਚ ਕਿਸ ਦੇ ਦੂਗੀ ਆਰਾਮ ਨਾਲ ਜਿੱਦਾਂ ਹੱਸ ਕੇ ਗੱਲਾਂ ਕਰੀ ਜਿਹਦੀ ਮੈਨੂੰ ਤਾਂ ਲੱਗਦਾ ਆਪ ਫਸਣ ਨੂੰ ਫਿਰਦੀ ਹੈ ਕੀ ਹੋ ਗਿਆ ਹੁਣ ਬੋਲਤੀ ਬੰਦ ਹੋ ਗਈ ਏ ਆ ਓ ਆ ਈ ਓ ਉਹ ਤੁਹਾਡੇ ਪਿੱਛੇ ਖੜੀ ਹੈ ਸਾਲਿਓ ਹੈ ਹੁਣ ਇਹ ਦੱਸੋ ਕਿ ਇਹ ਕੁੜੀ ਫਸੂ ਕਿੱਦਾਂ ਓ ਯਾਰ ਕੁੜੀ ਫਸਾਣਾ ਕਿਹੜੀ ਔਖੀ ਗੱਲ ਹੈ ਅੱਜ ਕੱਲ ਹਰ ਕੁੜੀ ਕੀ ਪਾਲਦੀ ਹੈ ਮੁੰਡਾ ਸੋਹਣਾ ਹੋਵੇ ਉਹ ਤੂੰ ਹੈ ਭਾਵੇਂ ਮਾੜਾ ਜਿਹਾ ਮੇਰੇ ਨਾਲੋਂ ਘੱਟ ਸੋਹਣਾ ਹੈ ਮੁੰਡਾ ਪੜ੍ਹਿਆ ਲਿਖਿਆ ਹੋਵੇ ਉਹ ਵੀ ਤੂੰ ਹੈ ਮੁੰਡੇ ਕੋਲ ਪੈਸਾ ਹੋਵੇ ਉਹ ਵੀ ਤੇਰੇ ਕੋਲ ਹੈ ਉਹ ਫੇਰ ਕੁੜੀ ਕਿਉਂ ਨਾ ਫਸੂ ਬਿਲਕੁਲ ਨਹੀਂ ਫਸੂ ਬਿਲਕੁਲ ਨਹੀਂ ਫਸੂਗੀ ਕੁੜੀ ਨੂੰ ਪੈਸਾ ਨਹੀਂ ਪਿਆਰ ਚਾਹੀਦਾ ਪੈਸਾ ਤਾਂ ਮੁੰਡਿਆਂ ਤੋਂ ਵੱਧ ਕਮਾ ਲੈਂਦੀਆਂ ਰਾਈਟ
ਕੁੜੀਆਂ ਨੂੰ ਘਰ ਵਾਲੇ ਤੋਂ ਪਿਆਰ ਚਾਹੀਦਾ, ਰਿਸਪੈਕਟ ਚਾਹੀਦੀ ਹੈ। ਓਏ ਉਹੀ ਤਾਂ ਮੈਂ ਕਹਿੰਦਾ, ਕੁੜੀਆਂ ਨੂੰ ਆਹ ਸਭ ਕੁਝ ਚਾਹੀਦਾ ਪਰ ਘਰ ਨਹੀਂ ਚਾਹੀਦਾ। ਅਗਲੀਆਂ ਸਿੱਧੀਆਂ ਕਹਿੰਦੀਆਂ ਪਤੀ ਘਰੇ ਹੋਵੇ ਨਾ ਹੋਵੇ ਪੈਸਾ ਘਰੇ ਹੋਣਾ ਚਾਹੀਦਾ। ਪਰ ਮਿੱਤਰੋ ਮੁੰਡੇ ਤਾਂ ਇਹ ਕਹਿੰਦੇ ਆ ਪੈਸਾ ਘਰੇ ਹੋਵੇ ਨਾ ਹੋਵੇ ਰਨ ਜ਼ਰੂਰ ਘਰੇ ਹੋਣੀ ਚਾਹੀਦੀ ਹੈ। ਓ ਸਾਲਿਓ ਮੇਰਾ ਇੱਥੇ ਬੀਪੀ ਲੋ ਹੋਈ ਜਾਂਦਾ, ਤੁਸੀਂ ਦੰਦ ਕੱਢੀ ਜਾਂਦੇ ਹੋ। ਓ ਕਾਕਾ ਸਵੇਰ ਤਾਂ ਹੋਣ ਦੇ, ਜਿੱਦਾਂ ਤੈਨੂੰ ਕਿਹਾ ਬਸ ਉਦਾਂ ਹੀ ਕਰੀ, ਫਿਰ ਵੇਖੀ ਐਵੇਂ ਟੈਨਸ਼ਨ ਨਾ ਲੈ, ਚੱਲ ਚੱਲੀਏ ਵੱਡਾ ਰਾਂਝਾ। Hello. Excuse me. मेरी गल तां सुन लो। की है? हाँ बोल। जी मैं अपनी गल दी हरकत ते बहुत शर्मिंदा। आई एम सो सॉरी। चल कोई गल नहीं। जी जे तुसी हस के कह ही दिता कि कोई गल नहीं, ते फिर यह तुहाडी खूबसूरत स्माइल वर्गा एक खूबसूरत जिहा तोहफा कबूल कर लो। काका किथे गोचे फिरदा है तू? ससिकाल अंकल, ससिकाल जी। ओ मैं ता अंकल कुड़ी लभदा फिरदा कदों दा? ओ कुड़ी अज तक लभी नहीं? ओ नहीं अंकल, लभ ता गई सी हाँ? पर हुन फिर गुआच गई। हुन जदों लभ जाएगी ना उनू साडे कोल लेके आवी। असि भी ता देखिए ओ जी केड़ी कुड़ी है जिन्ने इन्ना सियाणा मुंडा कमला कीता होया है। अंकल ओए अंकल तुसे ठीक तो हो ना? बाजार च थोड़ा अपना ध्यान रखिया करो, इत्थों दे लोग ज्यादा ही काले आ। आर यू ओके? हाँ हाँ चंगा ससिका जी। अंदर रे पुत्र इना काले लोकां दियां कालियां ने तां मैनूं मार लिया है पुत्रा। ठीक हो ना? चलो चलिए। पीला फोन लाई फिरदी आ कुड़ी दा पीला आईफोन ला के आले वाली टोन आता चाय लाता जिवें साबण दानी फड़ी हुंदी आ। राजस्थान जूस पंडा या गर्मी बहुत है, मैं जूस भी गया। पानिया जूस ते जूस कल हजम नहीं हुई। आजो काटा लगा भाई साहब, जूस पीना था यार, एक गिलास पानी मिलेगा? अभी लो। थैंक यू। वेलकम। क्या रहा है? हेलो मेरी गल तां सुन लो। तेरी प्रॉब्लम की है? कोई भी नहीं, पर पता नहीं क्यों जदों भी मैं तुहाडे कोल आउंदा ना कोई प्रॉब्लम हो जरूर जांदी है। देखो ना, ना तां मैं उस दे रेस्टोरेंट च कोई गलती कीती सी, ना मैं फुल देण लग्गा कोई गलती कीती सी, फुल तां बकरी बक। हेलो यार, मैं इंसान माड़ा नहीं हैगा, मैं जानबूझ के गलती नहीं करदा, गलती हो जांदी है। तुसीं मेरे एक बारी दोस्ता बन के देखो।
मैं अनजान लोगों नाल दोस्ती नहीं करती। चाह दा कप कप पीने आ, गल्ला गल्ला च दोस्ती भी हो जाएगी। ओह माय गॉड, तू पागल है? मैं मिंता, तू पागल लगदी है। इन्ना सोहना मुंडा तेरे नाल तुरिया जांदा, तू प्रपोज मारन दी जगह मथा मारी जानी है। सोहना मुंडा, मेरे पिछे आउण दी लोड़ नहीं। बिल्कुल लोड़ नहीं, पर गल दरअसल इस तरह, मैं इत्थे आया बाहरों, दो चार दिन च वापस चले जाना। तुसी मेरी जान बचाई, मैनू बड़े ही चंगे लगे। बस तुहाडे नाल बह के दो चार गल्लां करनियां चाहना, नथिंग एल्स। जे गल नहीं करनी तां इह तां दस दिओ, दोबारा दर्शन कदों होणगे? जे होए नसीब तां हो जाणगे। नसीब नहीं, जमीन होनी चाहिए ड्रैवरा। हुण जे तेरे कोल हुंदे ना चार किले, तां कोई भी अपनी कुड़ी दा हाथ तेरे हाथ च फड़ा देंदा, ऐं हाथ मलदा ना बैठदा। हैं, ओ देख जमीना वाले, कंजर दे थोक च कुड़ियां बिठाई फिरदे आ। असीं नहीं भाई बैठे, तुसीं आप स्वाद लैण दीआं मारियां आ के बैठियां जे। तेरी शक्ल वेख के तां किसे दा साह लैण नूं जी ना करे, स्वाद किन्ने लैणा। तेरी शक्ल वेख के तां मैं कहिंदा लोकी अंबियां दा गट्टा घरे लै जांदे ने। अंबियां दा गट्टा लै के जान ना जान, पर तेरी शक्ल देख के आटे दा गट्टा जरूर दे जाएंगे। साले ओ एवें टसी जाने हो, आटे दा गट्टा एवें आ जांदा, सिद्धार्थ सो दा विकू। बस यही काम करने ने तुसी, होर तुसी कर भी की सकदे हो? प्यार प्यार कर सकदे हां असी। ओहो प्यार, प्यार दी पी भी पता थानू? प्यार स्वाह करोगे? अच्छा, सानू प्यार दी पी नहीं पता? आ जेड़ी तू मोंटी यूनिवर्सिटी ऑफ लव चो पीएचडी करनी है, ਉਹ ਕਦੋਂ ਪੂਰੀ ਹੋਣੀ ਆ? ਭਰਾਵਾ ਇਹਦਾ ਪਿਓ ਰੋਲ ਨੰਬਰ ਨਹੀਂ ਦਿੰਦਾ, ਨਹੀਂ ਤਾਂ ਕਦੋਂ ਦੀ ਹੋ ਜਾਣੀ ਸੀ। ਅੱਛਾ, ਤਾਂ ਹੁਣ ਫਿਰ ਫਾਈਨਲ ਈਅਰ ਚਾਹ ਕੇ ਵਿਚਾਲੇ ਛੱਡਣੀ ਪਊ? ਉਹ ਭਰਾਵਾ ਵਿਚਾਲੇ ਨਹੀਂ ਛੱਡਦੇ, ਭਾਵੇਂ ਕੱਢ ਕੇ ਲਿਜਾਣੀ ਪੈ ਜਾਏ। ਇਹ ਹੁੰਦਾ ਸੱਚਾ ਪਿਆਰ। ਵਾਹ, ਸਦਕੇ ਜਾਵਾਂ ਤੁਹਾਡੇ ਸੱਚੇ ਪਿਆਰ ਦੇ। ਬਜ਼ੁਰਗ ਮਾਂ ਪਿਓ ਦੀਆਂ ਅੱਖਾਂ 'ਚ ਮਿੱਟੀ ਪਾ ਕੇ, ਉਹਨਾਂ ਦੀ ਪੱਗ ਨੂੰ ਦਾਗ ਲਾ ਕੇ, ਰਾਤ ਦੇ ਹਨੇਰੇ 'ਚ ਭੱਜ ਜਾਣ ਨੂੰ ਸੱਚਾ ਪਿਆਰ ਨਹੀਂ ਕਹਿੰਦੇ। ਸੱਚਾ ਪਿਆਰ ਲੋਕਾਂ ਨੂੰ ਗੁੰਮਰਾਹ ਨਹੀਂ ਕਰਦਾ, ਬਲਕਿ ਉਹਨਾਂ ਨੂੰ ਸਹੀ ਰਾਹ 'ਤੇ ਲੈ ਕੇ ਆਉਂਦਾ। ਉਹ ਕਿਹੜੇ ਰਾਹ ਦੀ ਗੱਲ ਕਰਦਾ ਤੂੰ ਭਰਾਵਾ? ਇੱਥੇ ਤਾਂ ਕੋਈ ਰਾਹ ਹੀ ਨਹੀਂ ਬਚਿਆ ਸਿਵਾਏ ਘਰੋਂ ਭੱਜਣ ਦੇ। ਆ ਨਾਲੇ ਜਿਹੜੇ ਮਾਂ ਬਾਪ ਦੀ ਤੂੰ ਗੱਲ ਕਰਦਾ ਹੈ ਨਾ, ਉਹਨਾਂ ਨੇ ਮਜਬੂਰ ਕੀਤਾ ਸਾਨੂੰ ਇਹ ਕਦਮ ਚੁੱਕਣ ਵਾਸਤੇ। ਓਏ, ਤੁਹਾਨੂੰ ਕੀ ਮਜਬੂਰ ਕੀਤਾ ਹੋਏ? ਉਹ ਮਜਬੂਰ ਤਾਂ ਉਹ ਆਪ ਹੋ ਗਏ ਨੇ, ਤੁਹਾਨੂੰ ਪੜ੍ਹਾ ਲਿਖਾ ਕੇ, ਤੁਹਾਡੇ 'ਤੇ ਵਿਸ਼ਵਾਸ ਕਰਕੇ, ਤੁਹਾਨੂੰ ਖੁੱਲੀਆਂ ਛੂਟਾਂ ਦੇ ਕੇ। ਉਹ ਫਿਰ ਇਹ 'ਚ ਨਵੀਂ ਗੱਲ ਕਿਹੜੀ ਹੈ ਯਾਰ, ਹਰ ਮਾਂ ਬਾਪ ਇਸੇ ਤਰ੍ਹਾਂ ਕਰਦਾ। ਤੇ ਨਾਲੇ ਯਾਰ ਅਸੀਂ ਕੋਰਟ ਮੈਰਿਜ ਕਰ ਰਹੇ ਹਾਂ, ਤੇ ਕੋਰਟ ਮੈਰਿਜ ਕਰਨਾ ਕੋਈ ਜੁਰਮ ਤੇ ਨਹੀਂ? ਓਏ, ਸਿਰਫ ਜੁਰਮ ਕਰਨਾ ਹੀ ਪਾਪ ਨਹੀਂ ਹੁੰਦਾ, ਕਿਸੇ ਦਾ ਦਿਲ ਦਿਖਾਉਣਾ ਵੀ ਪਾਪ ਹੁੰਦਾ। ਤੈਨੂੰ ਆਉਂਦੀਆਂ ਗੱਲਾਂ, ਜਦੋਂ ਤੇਰਾ ਟਾਈਮ ਆਊ ਨਾ ਫਿਰ ਦੇਖਾਂਗੇ ਕਿ ਕੀ ਭਾਅ ਮੁੱਕਦੀ ਆ। ਜਿਹੜੇ ਭਾਅ ਮਰਜ਼ੀ ਮੁੱਕ ਜੇ, ਪਰ ਭੱਜ ਕੇ ਨਹੀਂ ਮੁਕਾਉਂਦਾ। ਆ ਕੀ ਗੱਲ ਹੋਈ, ਨਸੀਬ ਜੋ ਤਾਂ ਮਿਲਾਂਗੇ। ਬਿਲਕੁਲ, ਫਿਰ ਤਾਂ ਪੰਜਾਬ ਚੱਲ ਕੇ ਬਹਿਨੇ ਆਪੇ ਮਿਲ ਜੂਗੀ। ਓ ਯਾਰ, ਉਹਨੇ ਕਿਹਾ ਸੀ ਨਸੀਬ 'ਚ ਹੋਏ ਤੇ ਮਿਲਾਂਗੇ, ਇਹ ਨਹੀਂ ਕਿਹਾ ਸੀ ਕਿ ਪੰਜਾਬ 'ਚ ਹੋਏ ਤੇ ਮਿਲਾਂਗੇ। ਸਹੀ ਗੱਲ ਹੈ ਵੀਰੇ, ਤੂੰ ਇਹਨਾਂ ਦੀ ਬਕਵਾਸ ਤੇ ਨਾ ਜਾਈ, ਇਹ ਸੜੇ ਆਈ ਮਾਰਦੇ ਆ, ਕੁੜੀ ਤੈਨੂੰ ਜ਼ਰੂਰ ਮਿਲੂਗੀ। ਮਿਲੂਗੀ। ਓਏ, ਆਹ ਕੀ ਡਰਾਮਾ ਲਿਆ ਯਾਰ ਤੁਸੀਂ? ਅੱਧੇ ਅੱਧੇ ਪੈਸੇ ਪਾਏ 17-17 ਦੋਵਾਂ ਨੇ। ਓ ਚੰਗਾ ਚੰਗਾ, ਆ ਜਾਓ ਚੱਲੀਏ। ਚਲੋ। ਓ ਕੰਜਰੋ, ਉਧਰ ਨਹੀਂ, ਮੇਰੇ ਨਾਲ ਚੱਲੋ। ਅੱਜ ਟੂਰ ਦਾ ਆਖਰੀ ਦਿਨ ਆ, ਜੇ ਅੱਜ ਨਾ ਲੱਭੀ ਮੇਰੀ ਤਾਂ ਕਹਾਣੀ ਦੂਰੀ ਰਹਿ ਜਾਣੀ ਆ। ਤੇ ਸਾਡੀ ਕਹਾਣੀ ਤਾਂ ਖਤਮ ਹੀ ਹੋ ਜਾਣੀ ਹੈ, ਕਿਉਂਕਿ ਸਾਡਾ ਟੂਰ ਵੀ ਖਤਮ ਹੈ, ਸਾਡੀ ਪੜ੍ਹਾਈ ਵੀ ਖਤਮ ਹੈ। ਬਿਲਕੁਲ ਸਹੀ, ਆਪਣੀ ਆਪਣੀ ਲੱਭੋ। ਚੱਲ ਫਿਰ।
ਪਰ ਆਪਾਂ ਦੋਨਾਂ ਨੇ ਇੱਕ ਹੀ ਲੱਭਣੀ ਹੈ। ਚੱਲ ਚਲੀਏ। ਯੋ What's your problem? Huh? Crazy guy. ਚੇਪੀ ਨੇ ਇੱਥੇ ਵੀ ਚੇਪੀ ਚੇਪਤੀ ਸਾਲਾ ਥਾਂ ਥਾਂ ਵੀ ਨਹੀਂ ਦੇਖਦਾ। ਨਸੀਬ ਖੁੱਲਣਗੇ ਤਾਂ ਪਤਾ ਸੀ, ਪਰ ਇਸ ਤਰ੍ਹਾਂ ਖੁੱਲਣਗੇ ਇਹ ਨਹੀਂ ਸੀ ਪਤਾ। ਤੇ ਤੈਨੂੰ ਸਾਡੇ ਦਰਸ਼ਨ ਹੋ ਹੀ ਗਏ। ਸਾਨੂੰ ਤਾਂ ਜੀ ਤੁਹਾਡੇ ਦਰਸ਼ਨ ਬੜੇ ਖੁੱਲੇ ਹੋ ਗਏ, ਪਰ ਇੱਕ ਗੱਲ ਦੱਸੋ, ਇਹੋ ਜਿਹੇ ਦਰਸ਼ਨ ਹੁਣ ਸਾਨੂੰ ਰੋਜ਼ ਹੋਇਆ ਕਰਨਗੇ? ਜੇ ਦਰਸ਼ਨ ਰੋਜ਼ ਹੋਣ ਲੱਗ ਜਾਣ ਤੇ ਉਹ ਦਰਸ਼ਨ ਨਹੀਂ ਮੁਲਾਕਾਤਾਂ ਬਣ ਜਾਂਦੀਆਂ ਨੇ, ਤੇ ਮੈਨੂੰ ਮੁਲਾਕਾਤਾਂ 'ਚ ਕੋਈ ਇੰਟਰਸਟ ਨਹੀਂ। ਇੰਟਰਸਟ ਲੈਣ ਦੀ ਲੋੜ ਵੀ ਕੋਈ ਨਹੀਂ ਜੀ, ਤੁਸੀਂ ਬਸ ਸਾਡੇ 'ਚ ਇੰਟਰਸਟ ਲਓ। ਤੇਰੇ 'ਚ ਇਹੋ ਜਿਹਾ ਹੈ ਕੀ ਜਿਹੜਾ ਮੈਂ ਤੇਰੇ 'ਚ ਇੰਟਰਸਟ ਲਵਾਂ? ਕੁਝ ਵੀ ਨਹੀਂ, ਪਰ ਤੁਹਾਡੇ 'ਚ ਬਹੁਤ ਕੁਛ ਹੈ ਜੀ ਇੰਟਰਸਟ ਲੈਣ ਵਾਲਾ। ਉਹ ਤੇ ਸਾਰੇ ਹੀ ਕਹਿੰਦੇ ਨੇ, ਕੋਈ ਨਵੀਂ ਗੱਲ ਦੱਸ। ਗੁੱਲੀ ਡੰਡਾ ਖੇਡੀਏ। ਕੀ ਨਵੀਂ ਗੱਲ? ਇਹ ਤਾਂ ਕਦੇ ਕਿਸੇ ਨੇ ਨਹੀਂ ਕਹੀ ਹੋਣੀ। ਤੂੰ ਕਦੇ ਕਿਸੇ ਦੀ ਗੱਲ ਥੱਲੇ ਨਹੀਂ ਆਉਂਦਾ। ਥੱਲੇ ਆਉਣ ਵਾਲੀ ਕਿਹੜੀ ਗੱਲ ਹੈ ਜੀ, ਤੁਸੀਂ ਕਹੋ ਤਾਂ ਗੱਡੀ ਥੱਲੇ ਆ ਜਾਈਏ। ਤੂੰ ਚਾਹੁੰਦਾ ਕੀ ਹੈ? ਤੁਹਾਡਾ ਇੱਕ ਦਿਨ ਮਤਲਬ? ਮਤਲਬ ਕਿ ਤੁਸੀਂ ਕਿਹਾ ਸੀ ਨਾ, ਤੁਸੀਂ ਅਣਜਾਣ ਲੋਕਾਂ ਨਾਲ ਦੋਸਤੀ ਨਹੀਂ ਕਰਦੇ। ਮੈਂ ਚਾਹੁੰਦਾ ਕਿ ਮੇਰੇ ਨਾਲ ਇੱਕ ਦਿਨ ਰਹਿ ਕੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣ ਲਓ। ਪਰ ਇੱਕ ਦਿਨ 'ਚ ਭਲਾ ਕੋਈ ਕਿਸੇ ਨੂੰ ਕਿਵੇਂ ਜਾਣ ਸਕਦਾ ਹੈ? ਜਾਣਨ ਵਾਲੇ ਤਾਂ ਇੱਕ ਪਲ 'ਚ ਇੱਕ ਦੂਸਰੇ ਨੂੰ ਜਾਣ ਜਾਂਦੇ ਨੇ। ਚੱਲ ਦਿੱਤਾ, ਹੁਣ ਤੂੰ ਮੈਨੂੰ ਇਹ ਦੱਸ ਕਿ ਤੂੰ ਇਸ ਇੱਕ ਦਿਨ 'ਚ ਕੀ ਕਰੇਂਗਾ? ਘੁੰਮਾਂਗੇ, ਫਿਰਾਂਗੇ, ਵਧੀਆ ਵਧੀਆ ਗੱਲਾਂ ਕਰ ਲਾਂਗੇ। ਹੋਰ? ਹੋਰ ਵਧੀਆ ਜਿਹਾ ਢਾਬੇ 'ਤੇ ਰੋਟੀ ਵੀ ਖਵਾ ਦਿਆਂਗੇ। ਹੋਰ? ਹੋਰ ਆਈਸਕ੍ਰੀਮ ਵੀ ਖਵਾ ਦਿਆਂਗੇ। ਹੋਰ? ਹੋਰ ਨਾ, ਹੋਰ ਤੈਨੂੰ ਇੱਕ ਦਿਨ 'ਚ ਵਰਲਡ ਟੂਰ ਕਰਾ ਦਿਆਂ। ਇੱਕ ਦਿਨ 'ਚ ਬਸ ਇਹੋ ਕੁਛ ਹੀ ਹੋ ਸਕਦਾ। ਚੱਲ ਅਗਰ ਮੈਂ ਤੈਨੂੰ ਇੱਕ ਦਿਨ ਹੋਰ ਦੇ ਦਾਂ ਫਿਰ ਤੂੰ ਕੀ ਕਰੇਂਗਾ? ਫਿਰ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂਗੇ। ਵਾਹ, ਕਿਆ ਸੀਨਰੀ ਹੈ, ਕਿੰਨਾ ਸੋਹਣਾ ਲੱਗ ਰਿਹਾ ਹੈ। ਮੈਨੂੰ ਤਾਂ ਆਪ ਰਾਜਸਥਾਨ ਬਹੁਤ ਪਸੰਦ ਆਇਆ। ਓ ਅੰਕਲ, ਬਹੁਤ ਸੋਹਣਾ ਹੈ। ਇਟਸ ਅ ਬਿਊਟੀਫੁਲ ਸਟੇਟ। ਆ ਜਾ, ਤੈਨੂੰ ਮਿਲਾਵਾਂ। ਆ ਜਾ ਆ ਜਾ। ਮਨਮੀਤ ਇਹਦੇ ਨਾਲ? ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਅੰਕਲ। ਲੱਭ ਗਈ, ਬੜੀ ਔਖੀ ਲੱਭੀ ਆ। ਇਹ ਆ ਮੇਰੇ ਅੰਕਲ ਆਂਟੀ, ਇਹਨਾਂ ਨੂੰ ਅਸੀਂ ਆਪਣੇ ਵਿਆਹ ਤੇ ਜ਼ਰੂਰ ਬੁਲਾਉਣਾ। ਸਤਿ ਸ਼੍ਰੀ ਅਕਾਲ ਕਹਿ ਯਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤਰ ਜੀ। ਵੈਸੇ ਤੁਸੀਂ ਕਰਦੇ ਕੀ ਹੋ? ਜੀ ਮੈਂ ਅੰਕਲ ਹੈ, ਕੁਝ ਨਹੀਂ ਕਰਦੀ, ਲੋਕਾਂ ਨੂੰ ਪਰੇਸ਼ਾਨ ਕਰਦੀ ਆ ਬਸ।
ना बेटा देखने नु ता बड़ी पोली पाली लगती है। पोली गोली है गोली, पता नहीं एदी मां ने नु की खा के जम्मया। पकौड़े खाते सी की बोली जाने तुसी कुछ क्या तुहाडी चाह उधारी है ए कह रहे सी। आंटी हुण किथे मन करदा सवेर दे बस आपां थोड़े जे इकट्ठे सके फिर कदे चक्कर मारांगे। फिर कदे की शाम नु आ जाओ असीं ओ रहंदे आ पीली बिल्डिंग दे विच। ठीक है अंकल। ठीक है मैं शाम नु जरूर चक्कर मारूंगा। ठीक है ना। हाँ चलिए। करमजीत कुछ समझी? अच्छा गल व्याह तक पहुंच गई इन्हां दी। की ख्याल है तेरा? मुंडा तो चंगा है, पूछ पड़ताल कर लेने पहला चंगी तरह। किन्ने हो गए? 20, 30, 40, 60 उधरों बचाए, 40 इधर पाते। चेपी आ तेरियां चेपियां खत्म हो गईयां, पर कुड़ियां नूं फसाउण वाली स्ट्रगल नहीं खत्म होई उस्ताद। सही गल है यार, पर टलदा मैं भी नहीं। बाणिया तेरे वाली जे ए तो ना फसी ता फिर मेरे वाली। काका जी ਤੁਹਾਡਾ ਨੰਬਰ ਤੇ ਮੈਂ ਲੈ ਹੀ ਲਿਆ। ਹਾਂਜੀ ਨਾਲੇ ਫਿਰ ਸਾਡਾ ਪਿੰਡ ਪਟਿਆਲੇ ਤੋਂ ਜ਼ਿਆਦਾ ਦੂਰ ਨਹੀਂ, ਪੰਜਾਬ ਪਹੁੰਚਦੇ ਹੀ ਮੈਂ ਫੋਨ ਕਰਕੇ ਤੁਹਾਡੇ ਘਰਦਿਆਂ ਨੂੰ ਮਿਲਣ ਆ ਜਾਵਾਂਗਾ। ਬਿਲਕੁਲ, ਤੇ ਤੁਸੀਂ ਆਂਟੀ ਜੀ ਨੂੰ ਵੀ ਨਾਲ ਜ਼ਰੂਰ ਲੈ ਕੇ ਆਇਓ। ਉਹ ਮੈਂ ਤਾਂ ਆਟੋਮੈਟਿਕਲੀ ਪਹੁੰਚ ਹੀ ਜਾਣਾ ਕਿਉਂਕਿ ਇਹ ਤਾਂ ਮੇਰੇ ਬਿਨਾਂ ਕਿਤੇ ਜਾਂਦੇ ਹੀ ਨਹੀਂ। ਕਾਕਾ ਜੀ ਗੱਲ ਦੱਸੋ। ਹਾਂਜੀ ਪੁੱਛੋ। ਜਿਸ ਕੁੜੀ ਨੂੰ ਤੁਸੀਂ ਪਸੰਦ ਕਰਦੇ ਹੋ ਕੀ ਨਾਂ ਦੱਸਿਆ ਸੀ ਤੁਸੀਂ ਉਹਦਾ? ਜੀ ਮਨਮੀਤ। ਹਾਂ ਮਨਮੀਤ, ਕਿੱਦਾਂ ਦੀ ਕੁੜੀ ਆ? ਠੀਕ ਹੈ, ਥੋੜੀ ਜਿਹੀ ਜੀ ਹਜ਼ੂਰੀ ਜੀ ਕਰਾ ਕੇ ਖੁਸ਼ ਹੈ। ਤੁਹਾਨੂੰ ਤਾਂ ਪਤਾ ਹੀ ਆ ਸੋਹਣੀਆਂ ਕੁੜੀਆਂ ਥੋੜੇ ਜਿਹਾ ਨਖਰੇ ਤਾਂ ਕਰਦੀਆਂ ਹੀ ਆ। ਅੰਕਲ ਤੁਸੀਂ ਤਾਂ ਭੁਗਤੀ ਜਾਂਦੇ ਹੋ। ਕਾਕਾ ਜੀ ਤੁਹਾਡਾ ਉਹਦੇ ਨਾਲ ਵਿਆਹ ਕਰਾਉਣ ਦਾ ਇਰਾਦਾ ਹੈ ਜਾਂ ਫਿਰ ਐਵੇਂ ਟਾਈਮ ਪਾਸ? ਕੀ ਗੱਲ ਕਰ ਰਹੇ ਹੋ ਅੰਕਲ, ਟਾਈਮ ਪਾਸ ਕਰਨ ਲਈ ਥੋੜ੍ਹੀ ਕੋਈ ਕਿਸੇ ਨੂੰ ਪਿਆਰ ਕਰਦਾ, ਬਲਕਿ ਆਪਣੀ ਜ਼ਿੰਦਗੀ ਦਾ ਸਾਰਾ ਟਾਈਮ ਉਹਨੂੰ ਦੇਣ ਲਈ ਪਿਆਰ ਕੀਤਾ ਜਾਂਦਾ। ਯਾਨੀ ਕਿ ਤੁਸੀਂ ਉਹਨੂੰ ਪਿਆਰ ਕਰਦੇ ਹੋ? ਹਾਂਜੀ, ਮੈਂ ਤਾਂ ਉਸਦੇ ਨਾਲ ਅੰਕਲ ਵਿਆਹ ਵੀ ਕਰਾਉਣਾ ਚਾਹੁੰਦਾ, ਪਰ ਹਾਲੇ ਤੱਕ ਉਹਨੂੰ ਪੁੱਛਿਆ ਹੀ ਨਹੀਂ। ਕੋਈ ਗੱਲ ਨਹੀਂ, ਇਹ ਅਸੀਂ ਪੁੱਛ ਲੈਂਦੇ ਹਾਂ। ਮਨਮੀਤ ਬੇਟਾ ਓਏ ਤੂੰ ਇੱਥੇ ਕੀ ਕਰਦੀ ਆ? ਉਹੀ ਤੇ ਮੈਂ ਤੈਨੂੰ ਪੁੱਛ ਰਹੀ ਹਾਂ, ਤੂੰ ਇੱਥੇ ਕੀ ਕਰ ਰਿਹਾ? ਤੁਸੀਂ ਸਾਰਿਆਂ ਨੇ ਰਲ ਕੇ ਮੈਨੂੰ ਬੁੱਧੂ ਬਣਾਇਆ। ਨਹੀਂ ਨਹੀਂ ਨਹੀਂ, ਅਸੀਂ ਤੇ ਸਿਰਫ ਪ੍ਰੂਫ ਕੀਤਾ। ਮੈਂ ਚੱਲਦਾ। ਓ ਬਹਿ ਜਾ ਪੁੱਤਰ, ਗੱਲ ਸੁਣੋ ਬੇਟਾ ਜੀ, ਆਪਣਾ ਖਿਆਲ ਰੱਖੀ। ਸਾਡਾ ਖਿਆਲ ਤਾਂ ਹੁਣ ਉਹ ਰੱਖਣ ਜਿਨ੍ਹਾਂ ਦੇ ਖਿਆਲਾਂ 'ਚ ਅਸੀਂ ਆਉਂਦੇ ਹਾਂ। ਚੰਗਾ ਜੀ, ਮਿਲਦੇ ਹਾਂ ਪੰਜਾਬ। ਬਾਏ। ਕਿੰਨੇ ਸਾਲਾਂ ਬਾਅਦ ਆਇਆ
मैं तेनू रोज उड़ीकदा सी की हाल है तेरा? मैं ठीक हाँ, तू किवें? मैं चंगा भला, तेरे हुंदिया मैनू भला की हो सकता है? भाभी जी की गल, अज नहीं कहना जा वे मलंगा? वे हुण तो मलंग नहीं रहा। पैरी पैना मीतिया, बापू जी नजर नहीं आ रहे? ओह वेख, बापू जी पैरी पैना। बापू जी जीवन तेरा पुत्रा, वाहेगुरु तेरा शुक्र है। की हाल है तुहाडा? बिल्कुल तेरे वर्गा। नहीं नहीं बापू जी, मेरे वर्गा नहीं हो सकता, मेरे वर्गा नहीं हो सकता। बस बस बल्ले पुत्र, सबर कर पुत्र, रोना नहीं, बस पुत्र हौसला रख। ससिकाल डैड, ससिकाल डैड, और ससिकाल मम्मा, की गल होगी? सब ठीक तो है? कितने तुसी दोवें जने लड़ते नहीं पाए? ओ पता भी है तुहानू दोवां नू किन्ना मिस कीता उथे? हाँ, ताही तो साडा फोन वाजू अज कमला हो गया। मत्था मारन दी कोई लोड़ नहीं है रमन, जदे प्यो बनूगा ना उदो इनू पता लगूगा, उदो अकल आऊगी इनू। और डैड प्यो तो मैं तद बनूंगा जदो मेरा विआह होगा, ते विआह उदो होगा जदो कुड़ी लभूगी, ते ओ तुसी लभदे नहीं, ते अखीर हुण मैनू आप ही खेचल करनी पई है। खेचल कादी खेचल? कुड़ी लभण दी मसां ही लभी आ, इसे करके तो फोन नहीं कर सकिया। ओ तू फोन नू गोली मार, तू दस कुड़ी किथे है? मैं हुणे रिश्ता पक्का करके लिया ना, तू ते कमाल कर छड्डी है यार। ऐ किवें तुसी रिश्ता पक्का कर लोगे? कुड़ी कहो जी है? कुड़ी बहुत सोहणी है, बहुत चंगी है, बहुत वधिया फैमिली दी है। एक काका जी वधिया फैमिली है किथे दी ए तां दसो। ओ डैड है तां किसे लागे पिंड दी है, पर मैनू पिंड दा नां नहीं पता। गल ही कोई नहीं, पिंड दा नां मैं पता कर लूंगा, प्यो तेरा डीजीपी है, तू घर दस। ओ डैड तुहानू टेंशन लैण दी कोई लोड़ नहीं है, बस मैं फोन उड़ीकी जांदा उहनां दा आउण वाला ही आ। फोन? ओ डैड आया मैं एक मिनट हुणे। ओ हैलो, मैं क्या एहो जिहे कम्मां च फोन उड़ीकी दा थोड़ा हुंदा, करीदा है। तुसी वी ना बस। आ गया। हेलो हेलो हेलो, हाय। हेलो, हाँ जी मैं रानी बोल दिया पीपीएसपी बैंक तो, तुसी लोन लैण च इंटरेस्टेड हो? हेलो, तू चंगा मुंडा है? आपे ही नंबर देके आपे ही फोन बंद कर लिया? ओ सॉरी, मेरे फोन दी बैटरी मुक गई सी। हाय तेरी बैटरी, एथे ता असी मुक चले आ। ओ मुकण दी सकिए, तू है किथे? छेती दस, मैं तैनूं हुणे मिलण आणा। मैं ते पिंड आ अपने घरे, पर मिलना किथे है? जिथे तू मैं ते तीजा होर कोई ना होवे। वेखी किते उड़ीकदी ना रवां। बड़े भीर, एक गल आख के तू मेरे काल जे ठंड पाती। बई मैं इन्हें सालों का पछोड़ा पल च भुल गया। बई तेरी गल ही नहीं बधी है, तू मनमीत का ब्याह इत्थे करन लगे हैं, ये तो बड़ी खुशी होर की हो सकती है? बई जे होर नहीं कुछ तो घट्टो घट इस बहाने सानू मिलने लिए इत्थे आउंदा जांदा तो रहेगा। नहीं,
असी ये फैसला लिया कि असी हमेशा ले हुण इत्थे ही रहांगे। की गल करदा वीरिया, ये तो उदों ही वधिया गल है। क्यों बापू जी? पुत्रा मेरी मन तू परसों मनमीत दा रिश्ता पक्का कर दे। ये तुसी की कह रहे हो बापू जी? तुहानू चंगा भला पता है कि परसों नूं मेरे जीते दी बरसी है, ते उस मनहूस दिन मैं अपनी धी दा रिश्ता नहीं कर सकता। मैं ताइयों तां कहना तू वाहिगुरू दी ओट लैके परसों रिश्ता पक्का कर दे। आधा रब ने बहुत वधिया बहाना बनाया उस दिन नूं खुशियां च बदलन दा। बापू जी बिल्कुल ठीक कह रहे ने। ठीक है, जिवें तुहाडी मर्जी। प्यार भी की चीज है, अचानक ही एक अजनबी अपना लगता है, ते उदी दो पलां दे साथ नाल इंज लगता है कि हुण जिंदगी एक पल भी उदे बिना नहीं टपनी। हुण ता दिल करता है कि एक तेरा मेरा साथ होवे, उतो बिन बदली बरसात होवे, साहा विचार बात होवे, जद सामे बैठे तू यारा मैं भुल जा फिर सारे जग नू। तेनू पता है कल मेरे मम्मी डैडी तेरे घर आ रहे ने। क्यों? अपनी इस दो पलां दी सांझ नू उमरां दे रिश्ते च बदलन ले। चंगा हुण मैं चलदी हां, हमेशा लई तेरे कोल आने वास्ते। कंजरो साहब का मैच देना है। हां भाई, बर्फी, पेड़ियां, लड्डू। ए लड्डू किवें कट्टा है? ओ कंजरो, लड्डू खाण दा टाइम मेरा होया, खाई ए जांदा यार। जी हुण बंदे वाद आ गए फिर। हां कट के दे देंगे। भाई अपनी रीति रिवाज मुताबिक कुड़ी व्याह तो बाद ही सहुरे घर आवे तो चंगी गल है। क्यों जी? पर भैन जी, मनमीत की जिनी मैं तारीफ एदे मुंहों सुनी है, मेरा तो जी करता मैं अजे ही घर ले आवां। तारीफ तो परम की भी जिनी करी उन्नी घट है। भैन जी, सरदार जी नजर नहीं आ रहे। एक्चुअली अज का दिन उन्होंने बहुत इंपॉर्टेंट है, जिन्हें मर्जी बिजी हो अज का दिन वह गुरुद्वारा साहब जाने नहीं भूलते। हेलो अंकल, डैड आई गए। Oh!
चलो इत्थों। सरदार जी, होया की? जो नहीं होना चाहिदा सी ना, वो होया है। वीरिया, सानू भी पता लगे कल की है? छोटिया, ये जो बंदा मेरे सामने खड़ा है ना, यही मेरे पुत्र दा कातिल है। वीरिया, तैनू कोई गलती तो नहीं लगी? गौर नाल देख ले। गलती तो मेथों अज हो लगी सी। मैं उस बंदे नू अपनी धी देन लगा सी जिन्हें 14 साल पहला मेरा पुत खा लिया। अंकल, मैनू लगता तुहाडे तो कोई भुल हो रही है। भुल मेथों हो गई? थानू जिन्हें मेरे हथों मेरे पुत की उंगल छुड़ा के अपेक बढ़ा दिता। तू पुछता सी ना कि इस बैग विच जही कीमती चीज की है? अपेक 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 ए मेरा पुत है जिन्हों मरण तो बाद भी मैं अपने सीने नाल लाके रखिया, जो आज भी मेरे नाल। मैं भूल किवें कर सकता है? मैं भूल किवें कर सकता? बस बस मेहर सिंह, जो तू चाहता है ना, हो हुण कदे नहीं हो सकता, नहीं हो सकता। अपने पुत्र नूं समझा दे वी चंगी तरह कि अज तो बाद मेरी धी नूं मिलण दी कोशिश ना करे। उत वेले मैं चुप रहा, धी वेले मैं चुप नहीं रहांगा। याद रखी, चलो सतनाम श्री वाहेगुरु, सतनाम श्री वाहेगुरु। डैड, कोई लख कही जाए पर मेरा दिल मनने लई तैयार नहीं कि तुसी किसे दा कतल भी कर सकते हो। तुसी दसो तो सही उदों होया की सी? काली नेरी रात विच ए नहीं सी इस करके गुनाहगार दे नाल कुछ बेगुनाह नूं भी निशाना बनना पिया। दुख इस गल दा है कि मैनूं ते मेरे डिपार्टमेंट नूं उन्हां अपने उत्ते गोली चलाउणी पई जिन्हां दी हिफाजत दी खातर असीं इह वरती पाई सी।
थानेदार साहब तुसी बेशक मैनू मार दियो, मैनू कोई दुख नहीं होना, पर नौजवान जिन्हें तुसी मारिया सी ओ बेकसूर सी थानेदार साहब। बेकसूर सी थानेदार साहब, इस नूं रब दा भाणा मन्ना कि अपनी गलती मन्ना, तू दस। डैड तुसी कोई गलती नहीं कीती, पर इस तो पहला कि वह गलत फहमी च कोई गलत फैसला ले लैन, मैनू उन्हां नाल गल करनी चाहिए। आई लव यू डैड। मैं तो पहले ही कहा सी कि आज का दिन मेरे लिए सब तो मनहूस दिन है, पर मेरी कौन सुनता है? पता नहीं रब क्यों मेरिया खुशियां दे मगर पिया होया, लगता है सुख मेरी किस्मत विच है ही नहीं, पर मैनू यह तो पता लगे कि मेथों जिहा केड़ा पाप हो गया है जिदी एनी वड़ी सजा मैनू मिल रही है। इस पौड़ी ते जो नर चूके सो आए जाए दुख पाउंदा, दुख तकलीफ का जिंदगी का हिस्सा ने, इन्हां लई रब नूं की कोसना, रब ने तो आप इंसान बन के इस धरती से बड़े बड़े दुख झले ने। पर मैं रब नहीं हाँ बापू जी, मैं रब नहीं हाँ। की कसूर सी मेरे जीते का जिन्हों विच सड़क से गोली मार दिती गई, ते की कसूर सी मेरा अपना जिन्हों अपने हाथी अपना पुत साड़ना पिया। बस करो वीर जी, किसी का कोई कसूर नहीं सी, जो कुछ होना होंदा होके ही रहिंदा है। पर हुण नहीं होएगा। ताया जी तुसी मनमीत नूं समझा दिओ कि अज तो बाद उस मुंडे नूं मिलन दी कोई लोड़ नहीं, बाकी तुसी मेरे ते छड़ दिओ। मनमीत अंकल रुक जा। विक्रम मैं तेरे प्यो नूं कहा भी सी कि वो तेनू समझा देवे, पर लगता है उन्हें तेनू चंगी तरह नहीं समझाया। जा चला जा तू। अंकल मेरे डैड का कोई कसूर नहीं सिगा। ओ बे तू सुनिया नहीं वीर ने की कहा? आज तो बाद इत्थे आया तो साथों बुरा कोई नहीं। मनमीत जा चला जा। दादा मेरी गल जानत नहीं। परम तू इत्थे की करन आया? चला जा इत्थों, मैं तेरे नाल कोई गल नहीं करनी। प्यारे दा नाम देके
गया यार। प्यार दी कहानी आपे फेर दिता साडे अरमाना उते पानी आपे ही बनाई साडे प्यार दी कहानी आपे फेर दिता साडे अरमाना उते पानी उतो लिखा विच हैंगे लिख छड्या के तड़पो एक दूजे तो अलग परा चक्कर है फिर तू ओदे बुड़ी नूं मनाएंगे किदां यार यही तो समझ नहीं आउंदी यार समझना भी की होगा तैनू की लगदा ओदा बड़ा मन जू जिद्दां मैं उस दिन ओदा साफ देखिया सी ना मैनू नहीं लगदा मनूगा जे ना मनू भजा के लै जांगे नहीं पड़ता भजा के नहीं लैके जानी लैके जाऊंगा तो सब दी मर्जी नाल यार मर्जी नाल तो काम मैनू बहुत औखा लगदा यार यार भजाउण च की दिक्कत है मोंटी भी तो भजा के ले चले ही है शीनू नू मोंटी कदों आज पता नहीं आज शीनू पर मैनू जान दे मोंटी मेरी वेट कर रहा है मोंटी नाल करो भज के व्याह कराउण दा तेरा फैसला सही नहीं है तेरे वर्गियां कुड़ियां जड़ी गलती कर दियां ना इसे करके लोकी धियां नूं कुखां जी मार दंदे ते उंज केड़ा सानू जिंदगी मिल जांदी है पैदा हुनियां तां वधाई दी थां गालां मिलदियां ने के ती क्यों जम पई एक मौका ही तो होंदा है कुड़ी कोले के वो अपनी मनपसंद जिंदगी चुन सके पर कर दे वो मौका भी अपने हुक्म दी जागीर समझ के खो लेंदे ने बंदिशां लाउंदे ने ते एक दिन किसे होर दे हवाले कर देंदे ने के हुण सारी उम्र वो बंदिशां ला के रखे कोई कुड़ी नहीं चाहुंदी पर के उहदा प्यो उहदा कन्यादान ना करे पर ओ कुड़ियां की करन ओ कुड़ियां जिन्हां दे अपने जम्मण पालन वाले ही उन्हां नूं नहीं समझदे ते जिन्हां नाल तुर जांदियां ने ओ समझदे ने फिर उन्हां दे घर क्यों नहीं वसदे जो अपने मां बाप दी ममता ते प्यार सत्कार दी कदर नहीं करदे ना उन्हां ने सवा प्यार करना किसे नूं पा लैणे प्यार नहीं हुंदा प्यार तां ओ चीज़ है जिथे होंदे अपने आले दुआले दे लोकां च खुशियां बंडदा है धीआं दे फर्ज गनाउण लग्गिआं तूं मिंट नहीं लाया ते उस प्यो नूं भुल गई है जिहड़ा स्वार्थी हो के तेरे ते तेरे भरा लई मतरेई मां लिआ सकदा सी तूं उस बच्चे बारे सोचिआ जिहनूं तूं अपना भरा मंनदी है पर ओह तां तैनूं अपनी मां मंनदा है तूं ही पाल पोस के उहनूं वड्डा कीता ते अज पिंड वालिआं दे मिणे सुण लई उहनूं छड चली है तेरा प्यो तो बदनामी का मारिया किसी खूह च छाल मार के मर जाएगा पर उस जवाक बारे दस जा ओ किथे मरूगा मैनू माफ कर दे वीरे मैं स्वार्थी हो गई सी मैं एक मिनट ले भी ना सोच पाई कि मेरे बिना मेरे छोटे भरा दा की बनूगा चल चुप कर अखा पूंझ ते हुण मेरे नाल कर वापस चल पर मैं हुण केड़ा मुंह लेके जाऊंगी हुण तक तां सबनू पता लग गया होना वीरे कुछ नहीं होया होना चल मैं तैनू घरे छड़ के आना चल शाबाश आ जा पर वीरे तेरा भी साडे पिंड जाना ठीक नहीं
तैनू कहा सी ना इस पिंड च ना वड़ी, पर इत्थे की लैणा है? भाई मैं इत्थे मनमीत आया जी, इन्हें फिर तो मैं उदे पुत्र नाल कोई पर्सनल दुश्मनी नहीं सी कड़ी पर जो उन्होंने कीता है कानून दे भी खिलाफ है ते प्यो दे धर्म दे भी खिलाफ है। मैं आज तक एक जिम्मेदार पुलिस अफसर होने का फर्ज निभाया पर आज एक प्यो दा फर्ज निभाउण चलिया एंड यू विल नॉट स्टॉप मी। नहीं डैड, नो, इट्स नॉट जस्टिफाइड। प्लीज डैड रिलैक्स, मैं भी तुहाडा खून हां। जे हाथी चुकना होंदा तो मैं भी चुक सकदा सी, पर नहीं, ये लड़ाई हाथ चुक के नहीं डैड, हाथ जोड़ के खत्म होएगी, ते इसनु मैं खत्म करांगा। प्लीज तुहानु मेरी सौ। ओके सैम, आज तक मैं तेरी गल मान लेना, बिकॉज आई लव यू सो मच सैम, जी आज तो बाद उन्होंने तेरी हवा वाल भी चाकिया ना, तेरी हवा वाल भी चाकिया ना, तो देन यू नो योर डैड। गॉड ब्लेस यू सन।